जिस पंजाबी देख ਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਅਸ਼ਮਿਤਾ ਬਹੁਤ ਚਿਰ ਬਾਅਦ ਅੱਜ ਤੁਹਾਡੇ ਨਾਲ ਲਾਈਵ ਜੁੜੇ ਹਾਂ ਕੁਛ ਇਹੋ ਜਿਹੀ ਰੀਸੈਂਟ ਇਵੈਂਟਸ ਨੂੰ ਲੈ ਕੇ ਲੱਗਿਆ ਕਿ ਤੁਹਾਨੂੰ ਮੌਕਾ ਮਿਲਣਾ ਚਾਹੀਦਾ ਅਗਰ ਤੁਸੀਂ ਕਾਲ ਕਰਕੇ ਕੋਈ ਵੀ ਆਪਣੇ ਸਵਾਲ ਰੱਖਣਾ ਚਾਹੁੰਦੇ ਹੋ ਪ੍ਰੋਗਰਾਮ ਦੇ ਵਿੱਚ ਲਾਈਵ ਇੱਕ ਬਹੁਤ ਹੀ ਵਧੀਆ ਪੈਨਲ ਗੈਸਟ ਦਾ ਲੈ ਕੇ ਹਾਜ਼ਰ ਹੋਏ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ ਵੱਖ ਅਪਡੇਟ ਸਾਡੀ ਟੀਮ ਤੁਹਾਨੂੰ ਪ੍ਰੋਵਾਈਡ ਕਰ ਰਹੀ ਹੈ ਜਿਸ ਤਰ੍ਹਾਂ ਇੱਕ ਕਿਸਾਨ ਅੰਦੋਲਨ ਅੱਗੇ ਵੱਧ ਰਿਹਾ ਹੈ ਕਿਸ ਤੇਜ਼ੀ ਨਾਲ ਇਹ ਵੱਧ ਰਿਹਾ ਅੱਗੇ ਉਹਦੀ ਵੀ ਸਾਰੀ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕਰ ਰਹੇ ਤੇ ਕੀ ਕੁਛ ਗਰਾਊਂਡ ਤੇ ਹੋ ਰਿਹਾ ਹੈ ਖਾਸ ਕਰਕੇ 26 ਜਨਵਰੀ ਤੋਂ ਬਾਅਦ ਉਹਦੀ ਵੀ ਸਾਰੀ ਅਪਡੇਟ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ ਮੈਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਛੋਟੀ ਜਿਹੀ ਪਰਸਨਲ ਅਪਡੇਟ ਦੇ ਨਾਲ ਕਰਨਾ ਚਾਹੁੰਦੀ ਹਾਂ ਦੇਖੋ ਜੀ ਮੈਂ ਇੱਥੇ ਆਈ ਸੀ ਯੂ ਨੋ ਪਰਸਨਲ ਕਾਰਨ ਕਰਕੇ ਇਹ ਜੋ ਅੰਦੋਲਨ ਹੈਗਾ ਇਹਨੇ ਮੈਨੂੰ ਇੱਥੇ ਰੱਖਿਆ ਇੰਨੇ ਦੇਰ ਲਈ ਇੱਥੇ ਰੱਖਿਆ ਕਿ ਇਹ ਇੱਕ ਪੱਤਰਕਾਰ ਹੋਣ ਦੇ ਫਰਜ਼ ਬਣਦਾ ਹੈ ਸਾਡਾ ਖਾਸ ਕਰਕੇ ਪੰਜਾਬੀ ਮੀਡੀਆ ਹੋਣ ਦੇ ਨਾਤੇ ਫਰਜ਼ ਬਣਦਾ ਹੈ ਕਿ ਜਿੱਥੇ ਕਿਸਾਨ ਅੰਦੋਲਨ ਜੋ ਕਿ ਨਾ ਸਿਰਫ ਪੰਜਾਬੀ ਆ ਨਾ ਸਿਰਫ ਪੰਜਾਬ ਤੇ ਹਰਿਆਣਾ ਦੀ ਲੜਾਈ ਆ ਇਹ ਪੂਰੇ ਭਾਰਤ ਦੀ ਲੜਾਈ ਆ ਇਹਦੇ ਵਿੱਚ ਇੰਡੀਆ ਦੇ ਵੱਖ ਵੱਖ ਸਟੇਟਸ ਤੋਂ ਪ੍ਰੋਟੈਸਟਰ ਸ਼ਾਮਿਲ ਹੋਏ ਹੈ ਤੁਸੀਂ ਇਹ ਵੀ ਕਹਿ ਸਕਦੇ ਹੋ ਜਿੱਥੇ ਅੰਨ ਦੀ ਗੱਲ ਆਉਂਦੀ ਜਿੱਥੇ ਫੂਡ ਪ੍ਰੋਡਕਸ਼ਨ ਦੀ ਗੱਲ ਆਉਂਦੀ ਹੈ ਤੇ ਫੂਡ ਇਕੁਆਲਿਟੀ ਦੀ ਗੱਲ ਆਉਂਦੀ ਹੈ ਇਹ ਤਾਂ ਪੂਰੀ ਦੁਨੀਆ ਦਾ ਮੁੱਦਾ ਹੈਗਾ ਸੋ ਇਸ ਲੜਾਈ ਦੇ ਵਿੱਚ ਜੋ ਵੀ ਸਪੋਰਟਰਸ ਹਨ ਉਹਨਾਂ ਨੂੰ ਕਿਸੇ ਵੀ ਇੱਕ ਰੰਗ ਜਾਂ ਰੂਪ ਦੇ ਨਾਲ ਨਹੀਂ ਵੇਖਿਆ ਜਾ ਸਕਦਾ ਆਫਕੋਰਸ ਜੋ ਸਾਡੇ ਵਿਊਅਰ ਸਾਨੂੰ US ਕੈਨੇਡਾ ਜਾਂ ਕਿਸੇ ਵੀ ਅਬਰਾਡ ਦੇ ਕੰਟਰੀ ਤੋਂ ਵੇਖ ਉਹਨਾਂ ਨੂੰ ਇੱਕ ਤਰ੍ਹਾਂ ਦੀ ਨਿਊਜ਼ ਤੇ ਰਿਪੋਰਟਿੰਗ ਜ਼ਰੂਰ ਵੇਖਣ ਨੂੰ ਮਿਲ ਰਹੀ ਹੋਣੀ ਹੈ ਬਿਕੋਜ਼ ਇਟਸ ਨੈਚੁਰਲ ਤੁਹਾਡੇ ਤੱਕ ਜੋ ਇਨਫੋਰਮੇਸ਼ਨ ਪਹੁੰਚ ਰਹੀ ਹੈ ਉਹ ਨਾ ਕਿ ਸਿਰਫ ਡਿਲੇਡ ਹੈਗੀ ਬਟ ਉਹਨੂੰ ਇੱਕ ਆਪਣਾ ਹੀ ਰੰਗ ਰੂਪ ਦਿੱਤਾ ਹੋਇਆ ਸੋ ਮੈਂ ਕੁਛ ਤੁਹਾਨੂੰ ਆਪਣੇ ਐਕਸਪੀਰੀਅੰਸ ਬਾਰੇ ਦੱਸਣਾ ਚਾਹੁੰਦੀ ਹਾਂ ਮੈਂ ਵੀ ਟਿਕਰੀ ਬਾਰਡਰ ਤੇ ਸੀਗੀ ਜਿੱਥੇ ਕਾਫੀ ਤੁਸੀਂ ਕਹਿ ਲਓ ਯੂ ਨੋ ਇਵੈਂਟਸ ਹੋਏ ਹਨ ਜਿਹਦੇ ਬਾਰੇ ਤੁਸੀਂ ਨਿਊਜ਼ ਵਿੱਚ ਸੁਣਿਆ ਹੋਣਾ ਸਿੰਘੂ ਬਾਰਡਰ ਤੇ ਸਭ ਤੋਂ ਜ਼ਿਆਦਾ ਇਵੈਂਟਸ ਹੋਏ ਸੀ ਖਾਸ ਕਰਕੇ ਲਾਲ ਕਿਲ੍ਹਾ ਨੂੰ ਲੈ ਕੇ ਉਹ ਸਾਰੀ ਚੀਜ਼ਾਂ ਤੁਸੀਂ ਆਲਰੇਡੀ ਵੇਖ ਲਈਆਂ ਹੋਣੀਆਂ ਬਹੁਤ ਪਿਕਚਰਾਂ ਸੋਸ਼ਲ ਮੀਡੀਆ ਤੇ ਫੈਲਾਈ ਜਾ ਰਹੀਆਂ ਤੇ ਕੌਣ ਤੇ ਕਿਹਨੇ ਕੀ ਕੀਤਾ ਮੈਂ ਥੋੜੀ ਜਿਹੀ ਪੋਜ਼ਿਟਿਵ ਚੀਜ਼ ਦੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਫਿਰ ਤੁਹਾਡੇ ਲਈ ਕੁਐਸਚਨ ਰੱਖਣਾ ਚਾਹੁੰਦੀ ਹਾਂ ਦੇਖੋ ਜੀ ਜਦੋਂ ਆਪਾਂ ਟਿਕਟ ਤੋਂ ਨਿਕਲੇ ਸਵੇਰੇ ਇੱਕ ਤਾਂ ਕਨਫਿਊਜ਼ਨ ਪੂਰੇ ਦਿਨ ਨੂੰ ਤੁਸੀਂ ਲੈ ਕੇ ਚੱਲੋ ਕਿ ਪੂਰੇ ਦਿਨ ਦੇ ਵਿੱਚ ਕਨਫਿਊਜ਼ਨ ਇੱਕ ਵੱਡੀ ਥੀਮ ਸੀਗੀ ਇੰਨਾ ਕੁ ਕਨਫਿਊਜ਼ਨ ਕਿ ਟਿਕਰੀ ਬਾਰਡਰ ਤੇ ਜਿੱਥੇ ਕਿਹਾ ਗਿਆ ਸੀ ਕਿ ਪਰੇਡ 1 ਵਜੇ ਸ਼ੁਰੂ ਹੋਏਗੀ ਉੱਥੇ ਬੈਰੀਕੇਡ ਨੂੰ 9 ਵਜੇ 8 ਵਜੇ ਮੈਂ ਕਹਾਂਗੀ ਖੋਲ੍ਹ ਦਿੱਤਾ ਗਿਆ ਸੀ ਸੋ ਪ੍ਰੋਟੈਸਟਰਸ ਨੇ ਆਫਕੋਰਸ ਆਪਣੀ ਮਾਰਚ ਅਰਲੀ ਸ਼ੁਰੂ ਕੀਤੀ ਬਟ ਜੋ ਇਹ ਪਰੇਡ ਸੀ ਖਾਸ ਕਰਕੇ ਟਿਕਰੀ ਵਾਲੀ ਪਰੇਡ ਪੀਸਫੁਲ ਨਿਕਲੀ ਮੈਂ ਤਾਂ ਇਹ ਵੀ ਕਹਾਂਗੀ ਕਿ ਜਿਨ ਪਿੰਡਾਂ ਰਾਹੀਂ ਹਰਿਆਣਾ ਤੋਂ ਇਹ ਨਿਕਲ ਰਹੀ ਸੀ ਉਨ ਪਿੰਡਾਂ ਦੇ ਵਿੱਚ ਫੁੱਲਾਂ ਦੀ ਬਰਸਾਤ ਹੋ ਰਹੀ ਸੀ ਸਵਾਗਤ ਹੋ ਰਿਹਾ ਸੀ ਇਨ ਪ੍ਰੋਟੈਸਟਰਸ ਦਾ ਲੰਗਰ ਦੀ ਸੇਵਾ ਲੱਗਿਆ ਹੋਈ ਸੀ ਰਾਊਟ ਤੇ ਬਟ ਅੱਗੇ ਜਾ ਕੇ ਇੰਨਾ ਜ਼ਿਆਦਾ ਕਨਫਿਊਜ਼ਨ ਕ੍ਰੀਏਟ ਹੋਇਆ ਨੰਗਲੋਈ ਪੁਆਇੰਟ ਤੇ ਜਿੱਥੇ ਬੈਰੀਕੇਡ ਲੱਗੇ ਸੀ ਉੱਥੇ ਪੁਲਿਸ ਵੀ ਪੀਸਫੁਲ ਤਰੀਕੇ ਨਾਲ ਪ੍ਰੋਟੈਸਟਰਸ ਨੂੰ ਅੱਗੇ ਵਧਣ ਦੇ ਰਹੀ ਸੀ ਬਟ ਤੁਸੀਂ ਕਹਿ ਲਓ ਜਿੱਥੇ ਪੁਲਿਸ ਤੇ ਪ੍ਰੋਟੈਸਟਰਸ ਸਾਰੇ ਇੱਕ ਤੁਸੀਂ ਕਹਿ ਲਓ ਸ਼ਾਂਤਮਈ ਤਰੀਕੇ ਨਾਲ ਇਸ ਪਰੇਡ ਨੂੰ ਅੱਗੇ ਵਧਾ ਰਹੇ ਸੀ ਆਲ ਆਫ ਅ ਸਡਨ ਇਦਾਂ ਲੱਗਿਆ ਕਿ ਕਿਸੇ ਨੇ ਨਾ ਇੱਕ ਇੰਜੈਕਸ਼ਨ ਦਿੱਤਾ ਹੁੰਦਾ ਹੈ ਇਸ ਮਾਰਚ ਨੂੰ ਐਂਡ ਆਲ ਆਫ ਅ ਸਡਨ ਉਹਦਾ ਰੁੱਖ ਹੀ ਬਦਲ ਗਿਆ ਕਿਸ ਤਰ੍ਹਾਂ ਉਹ ਚੀਜ਼ ਅੱਗੇ ਵਧੀ ਇਹ ਉਹ ਤੁਸੀਂ ਕੱਲ ਦੇ ਪ੍ਰੋਗਰਾਮ ਵਿੱਚ ਵੇਖਿਆ ਹੋਣਾ ਹੈ ਜੋ ਚੀਜ਼ ਪੀਸਫੁਲ ਸੀਗੀ ਉਹ ਆਲ ਆਫ ਅ ਸਡਨ ਕਾਫੀ ਤੁਸੀਂ ਕਹਿ ਲਓ ਅਗਰੈਸਿਵ ਹੋ ਗਈ ਟੀਅਰ ਗੈਸ ਲਾਠੀ ਚਾਰਜ ਇਹ ਸਾਰੀ ਚੀਜ਼ਾਂ ਹੋਈਆਂ ਹਨ ਇੱਥੇ ਮੈਂ ਇੱਕ ਵਾਰੀ ਫਿਰ ਇਹ ਵੀ ਕਹਿਣਾ ਚਾਹੁੰਦੀ ਹਾਂ ਜੋ ਸਪੋਰਟਰ ਸੀਗੇ ਜੋ ਇੱਕ ਤੁਸੀਂ ਕਹਿ ਲਓ ਓਬਜੈਕਟਿਵ ਤਰੀਕੇ ਨਾਲ ਸੇਵਾ ਕਰ ਰਹੇ ਸੀ ਭਾਵੇਂ ਉਹ ਡਾਕਟਰਸ ਹੋਣ ਭਾਵੇਂ ਉਹ ਲਾਂਗਰੀ ਹੋਣ ਭਾਵੇਂ ਉਹ ਬੱਚੇ ਹੋਣ ਜਿਨ੍ਹਾਂ ਦਾ ਕੋਈ ਅਗਰੈਸਿਵ ਤੁਸੀਂ ਕਹਿ ਲਓ ਰੁੱਖ ਹੋ ਹੀ ਨਹੀਂ ਸਕਦਾ ਉਹਨਾਂ ਤੇ ਵੀ ਚਾਰਜ ਤੇ ਇਹੋ ਜਿਹੀ ਚੀਜ਼ਾਂ ਕੀਤੀਆਂ ਗਈ ਬੇਵਜ੍ਹਾ ਕੋਈ ਉਹਨਾਂ ਦੇ ਵੱਲੋਂ ਅਗਰੈਸ਼ਨ ਦਿਖਾਇਆ ਗਿਆ ਸੀ ਇਹ ਬੇਵਜ੍ਹਾ ਹੋਈਆਂ ਇਹ ਮੈਂ ਖੁਦ ਆਪਦੀ ਅੱਖਾਂ ਨਾਲ ਵੇਖਿਆ ਮੀਡੀਆ ਤੱਕ ਇਸ ਤਰ੍ਹਾਂ ਦਾ ਸੁਭਾਵ ਵਰਤਿਆ ਗਿਆ ਬਟ ਇਨ ਐਨੀ ਕੇਸ ਪ੍ਰੋਗਰਾਮ ਦੇ ਵਿੱਚ ਅੱਜ ਵੱਖ ਵੱਖ ਅਪਡੇਟਸ ਮੈਂ ਤੁਹਾਡੇ ਨਾਲ ਇੱਕ ਅਖੀਰ ਦੇ ਵਿੱਚ ਮੈਂ ਪੁਆਇੰਟ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਖਾਸ ਕਰਕੇ ਜੋ ਸਾਡੇ US ਕੈਨੇਡਾ ਤੁਸੀਂ ਵੇਖ ਰਹੇ ਹੋ ਸਾਨੂੰ UK ਆਸਟ੍ਰੇਲੀਆ ਯੂ ਅੰਡਰਸਟੈਂਡ ਕਿ ਇੰਟਰਨੈਟ ਦੀ ਕਿੰਨੀ ਵੈਲਿਊ ਹੈ ਕਮਿਊਨੀਕੇਸ਼ਨ
ਤੁਹਾਡੇ ਸੈੱਲ ਫੋਨ ਦੀ ਅੱਜ ਦੀ ਡੇਟ ਵਿੱਚ ਕਿੰਨੀ ਵੈਲਿਊ ਹੈ? ਆਪਾਂ ਤਾਂ ਸੈੱਲ ਫੋਨ ਨੂੰ ਇਦਾਂ ਕਰਦੇ ਆ ਟ੍ਰੀਟ ਜਿੱਦਾਂ ਇਟ ਇਜ਼ ਦ ਮੋਸਟ ਇੰਪੋਰਟੈਂਟ ਥਿੰਗ ਇਨ ਆਵਰ ਲਾਈਵਸ ਰਾਈਟ ਤੁਸੀਂ ਸੈੱਲ ਫੋਨ ਨੂੰ ਛੱਡ ਕੇ ਨਹੀਂ ਜਾਂਦੇ ਤੁਹਾਡਾ ਸੈੱਲ ਫੋਨ ਜਦੋਂ ਕਿਤੇ ਗਵਾ ਜਾਂਦਾ ਤੁਸੀਂ ਕਹਿੰਦੇ ਹੋ ਕਿ ਯਾਰ ਦਿਸ ਇਜ਼ ਦ ਵਰਸਟ ਥਿੰਗ ਦੈਟ ਕੁਡ ਹੈਪਨ ਸੈੱਲ ਫੋਨਸ ਦੀ ਕਨੈਕਟੀਵਿਟੀ ਨੈਟਵਰਕ ਤੇ ਇੰਟਰਨੈਟ ਨੂੰ ਫਰੇਡ ਦੇ ਵਿੱਚ ਮੈਂ ਕਹਾਂਗੀ ਕੁਛ ਘੰਟਿਆਂ ਦੇ ਸ਼ੁਰੂ ਹੋਣ ਤੋਂ ਬਾਅਦ ਹੀ ਬਿਲਕੁਲ ਸ਼ਟ ਕੀਤਾ ਗਿਆ ਖਾਸ ਕਰਕੇ ਇਹਦਾ ਇੱਕ ਰਿਟਨ ਸਟੇਟਮੈਂਟ ਹੈਗੀ ਯੂਨੀਅਨ ਮਿਨਿਸਟਰ ਤੋਂ ਅਮਿਤ ਸ਼ਾਹ ਜੀ ਤੋਂ ਕਿ ਇੰਟਰਨੈਟ ਇਨ ਏਰੀਆਜ਼ ਦੇ ਵਿੱਚ ਜਾਣ ਬੁੱਝ ਕੇ ਆਪਾਂ ਸ਼ਟ ਡਾਊਨ ਕਰ ਰਹੇ ਹਾਂ ਇਹਦਾ ਕੀ ਮਤਲਬ ਹੋ ਸਕਦਾ ਹੈ ਜਦੋਂ ਆਲਰੇਡੀ ਇੰਨਾ ਕਨਫਿਊਜ਼ਨ ਲੱਖਾਂ ਦੀ ਤਦਾਦ ਵਿੱਚ ਲੋਕੀ ਇਕੱਠੇ ਹੋ ਰਹੇ ਅੱਗੇ ਵੱਧ ਰਿਹਾ ਆਲਰੇਡੀ ਉਹਨਾਂ ਨੂੰ ਡਿਫੀਕਲਟੀ ਹੋ ਰਹੀ ਹੈ ਕਿ ਅੱਗੇ ਕੀ ਹੋ ਰਿਹਾ ਪਿੱਛੇ ਕੀ ਹੋ ਰਿਹਾ ਭੜਕਾਉਣ ਦੀ ਫੋਰਸਿਸ ਕੰਮ ਤੇ ਲੱਗੀਆਂ ਹੋਈਆਂ ਤੁਸੀਂ ਕਹਿ ਲਓ ਰੂਮਰਸ ਸਪਰੈਡ ਹੋ ਰਿਹਾ ਕਿ ਜੀ ਅੱਗੇ ਇਹ ਹੋ ਗਿਆ ਪਿੱਛੇ ਇਹ ਹੋ ਗਿਆ ਲੋਕੀ ਆਲਰੇਡੀ ਤੁਸੀਂ ਕਹਿ ਲਓ ਇੱਕ ਟੈਂਸ ਸਿਚੁਏਸ਼ਨ ਦੇ ਵਿੱਚ ਹਨ ਉਹਦੇ ਵਿੱਚ ਤੁਹਾਡਾ ਸੈਲਫ ਫੋਨ ਨਾ ਕੰਮ ਕਰੇ ਤੁਹਾਡਾ ਇੰਟਰਨੈਟ ਨਾ ਕੰਮ ਕਰੇ ਇਹ ਕਿੰਨੀ ਵੱਡੀ ਚੀਜ਼ ਹੈ ਐਂਡ ਇੱਥੇ ਇਹ ਵੀ ਹੋਇਆ ਕਿ 26 ਜਨਵਰੀ ਨੂੰ ਮੈਂ ਕਹਾਂਗੀ 3-4 ਵਜੇ ਤੋਂ ਲੈ ਕੇ ਦਿੱਲੀ ਦੇ ਵਿੱਚ ਖਾਸ ਕਰਕੇ ਇਨ ਬਾਰਡਰ ਪ੍ਰੋਟੈਸਟ ਸਾਈਟਸ ਦੇ ਏਰੀਆ ਦੇ ਵਿੱਚ ਇੰਟਰਨੈਟ ਨੈਟਵਰਕ ਸ਼ਟ ਡਾਊਨ ਕੀਤਾ ਗਿਆ ਉਸ ਤੋਂ ਬਾਅਦ ਖਾਸ ਕਰਕੇ ਹਰਿਆਣਾ ਦੇ 3 ਜ਼ਿਲ੍ਹਿਆਂ ਦੇ ਵਿੱਚ ਜਿੱਥੇ ਟਿਕਰੀ ਬਾਰਡਰ ਵੀ ਪੈਂਦਾ ਹੈ ਸਿੰਘੂ ਬਾਰਡਰ ਵੀ ਪੈਂਦਾ ਹੈ ਉੱਥੇ ਇੱਕ ਐਕਸਟੈਂਸ਼ਨ ਕੀਤੀ ਗਈ ਕਿ ਸੈੱਲ ਫੋਨ ਨੈਟਵਰਕ ਸਰਵਿਸ 27 ਤੋਂ 5 ਵਜੇ ਤੱਕ ਨੈਕਸਟ ਡੇ ਦੇ 5 ਵਜੇ ਤੱਕ ਮੈਂ ਤੁਹਾਨੂੰ ਸਿਰਫ ਫੈਕਟ ਦੱਸ ਰਹੀ ਹਾਂ ਤੁਸੀਂ ਆਪਣੇ ਆਪ ਡਿਟਰਮਿਨ ਕਰ ਸਕਦੇ ਹੋ ਕਿ ਇਹਦਾ ਕੀ ਮਤਲਬ ਹੋ ਸਕਦਾ ਕਿਉਂ ਇਹ ਚੀਜ਼ ਕੀਤੀ ਗਈ ਐਂਡ ਜਿੱਥੇ ਆਪਾਂ ਇੰਟਰਨੈਟ ਨੂੰ ਅੱਜ ਦੀ ਡੇਟ ਵਿੱਚ ਇੱਕ ਬੇਸਿਕ ਰਾਈਟ ਕੰਸੀਡਰ ਕਰ ਸਕਦੇ ਹਾਂ ਇਹ ਬੇਸਿਕ ਰਾਈਟ ਕਿਉਂ ਡਿਨਾਈ ਕੀਤਾ ਗਿਆ ਇਨ ਐਨੀ ਕੇਸ ਗੱਲ ਹੋ ਰਹੀ ਹੈ ਜੋ ਸਭ ਤੋਂ ਵੱਡੀ ਅੱਜ ਅਪਡੇਟ ਹੈਗੀ ਕਿਸ ਤਰ੍ਹਾਂ ਦਿੱਲੀ ਪੁਲਿਸ ਨੇ 26 ਜਨਵਰੀ ਨੂੰ ਲੈ ਕੇ ਰਿਐਕਟ ਕੀਤਾ ਉਹਨਾਂ ਕੀ ਰਿਐਕਸ਼ਨ ਸੀਗਾ ਉਹਨਾਂ ਨੇ ਕਿਹਾ ਕਾਨੂੰਨ ਦੇ ਅਨੁਸਾਰ ਉਹਨਾਂ ਦੀ ਵੱਲੋਂ ਪੂਰੀ ਜਾਂਚ ਤੇ ਜਾਣਕਾਰੀ ਹੋਏਗੀ ਕਿ ਕਿਉਂ ਲਾਲ ਕਿਲ੍ਹਾ ਨੂੰ ਬ੍ਰੀਚ ਕੀਤਾ ਗਿਆ ਮੈਂ ਤਾਂ ਇਹ ਵੀ ਕਹਾਂਗੀ ਉਹਨਾਂ ਨੂੰ ਇਹ ਵੀ ਜਾਣਕਾਰੀ ਕਰਨੀ ਚਾਹੀਦੀ ਹੈ ਲਾਲ ਕਿਲ੍ਹਾ ਜੋ ਇਸ ਕੰਟਰੀ ਦਾ ਇੰਨਾ ਤੁਸੀਂ ਕਹਿ ਲਓ ਪ੍ਰੋਟੈਕਟਿਡ ਨੈਸ਼ਨਲ ਟ੍ਰੈਜਰ ਹੈਗਾ ਉੱਥੇ ਜ਼ਿਆਦਾ ਸਿਕਿਉਰਿਟੀ ਫੋਰਸਿਸ ਕਿਉਂ ਨਹੀਂ ਸਨ ਉੱਥੇ ਤੁਸੀਂ ਕਹਿ ਲਓ ਜੋ ਆਈ ਵਿਟਨੈਸਿਸ ਅਕਾਊਂਟਸ ਹਨ ਮੇ ਬੀ ਅ ਫਿਊ ਹੰਡਰਡ ਪੁਲਿਸ ਆਫਿਸਰਸ ਉਹ ਵੀ 26 ਜਨਵਰੀ ਵਾਲੇ ਦਿਨ ਵਾਂਸ ਅਗੇਨ ਇਹ ਕੁਐਸਚਨ ਮੈਂ ਤੁਹਾਨੂੰ ਸਿਰਫ ਤੁਹਾਡੇ ਅੱਗੇ ਰੱਖ ਰਹੀ ਹਾਂ ਇਹ ਸਿਕਿਉਰਿਟੀ ਫੋਰਸਿਸ ਪੁਲਿਸ ਫੋਰਸਿਸ ਲਈ ਕੁਐਸਚਨ ਬਣਦਾ ਹੈ ਬਟ ਪੁਲਿਸ ਦਿੱਲੀ ਪੁਲਿਸ ਨੇ ਕਾਫੀ ਪਰਚੇ ਦਰਜ ਕੀਤੇ ਖਾਸ ਕਰਕੇ ਕਿਸਾਨ ਆਗੂਆਂ ਦੇ ਖਿਲਾਫ ਤੇ ਸਾਡੇ ਨਾਲ ਬਹੁਤ ਹੀ ਇਸਟੀਮਡ ਐਡਵੋਕੇਟ ਤੇ ਇਸ ਪੂਰੇ ਅੰਦੋਲਨ ਦੀ ਇੱਕ ਇੱਕ ਜਾਣਕਾਰੀ ਰੱਖਣ ਵਾਲੇ ਮੈਂ ਕਹਾਂਗੀ ਇਸ ਅੰਦੋਲਨ ਨੂੰ ਜਿਸ ਚੀਜ਼ ਨੇ ਸ਼ੁਰੂ ਕੀਤਾ ਹੈ ਇਨ ਆਰਡੀਨੈਂਸਿਸ ਦਾ ਲਾਅ ਬਣਨਾ ਇਨ ਸਾਰੀ ਚੀਜ਼ਾਂ ਤੇ ਉਹ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਰਹੇ ਸੋ ਆਈ ਵੁੱਡ ਲਾਈਕ ਟੂ ਵੈਲਕਮ ਟੂ ਦਾ ਪ੍ਰੋਗਰਾਮ ਵਾਂਸ ਅਗੇਨ ਸਰਦਾਰ ਜੋਗਿੰਦਰ ਸਿੰਘ ਜਿੰਦੂ ਜੀ ਸੋ ਤੋਂ ਪਹਿਲੇ ਜਿੰਦੂ ਜੀ ਤੁਹਾਡੇ ਪ੍ਰੋਗਰਾਮ ਦੇ ਵਿੱਚ ਸਵਾਗਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਅਮਰੀਕਾ 'ਚ ਕੈਨੇਡਾ 'ਚ ਆਸਟ੍ਰੇਲੀਆ 'ਚ ਤੇ ਇੰਡੀਆ 'ਚ ਤੇ ਬਾਕੀ ਥਾਵਾਂ ਤੇ ਵੀ ਜਿੱਥੇ ਜਿੱਥੇ ਜਾਂਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਜਸ ਪੰਜਾਬੀ ਦਾ ਤੇ ਅਸ਼ਮਿਤਾ ਜੀ ਦਾ ਵਿਸ਼ੇਸ਼ ਤੌਰ ਤੇ ਕਿ ਇਹਨਾਂ ਨੇ ਮੈਨੂੰ ਆਪਣੇ ਮਾਧਿਅਮ ਰਾਹੀਂ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ ਥੈਂਕ ਯੂ ਸੋ ਮਚ ਜਿੰਦੂ ਜੀ ਯੂ ਨੋ ਸਾਨੂੰ ਪਤਾ ਹੈ ਤੁਹਾਡੀ ਆਪਣੀ ਸੇਵਾ ਸਿੰਘੂ ਬਾਰਡਰ ਤੇ ਲਗਾਤਾਰ ਰਹੀ ਹੈ ਸ਼ੁਰੂਆਤ ਤੋਂ ਲਈ ਰਹੀ ਹੈ ਉੱਥੇ ਤੁਸੀਂ ਵੱਖ ਵੱਖ ਸਹੂਲਤਾਂ ਪ੍ਰੋਵਾਈਡ ਕਰ ਰਹੇ ਹੋ ਭਾਵੇਂ ਉਹ ਮੈਡੀਕਲ ਹੋਣ ਜਾਂ ਆਰਗਨਾਈਜੇਸ਼ਨ ਸਰਬੱਤ ਦੇ ਭਲੇ ਰਾਹੀਂ ਤੁਸੀਂ ਲੇਡੀਜ਼ ਐਂਡ ਫੈਮਲੀਜ਼ ਲਈ ਹੁਣ ਇੱਕ ਰਹਿਣ ਦੀ ਜਗ੍ਹਾ ਸਿਕਿਓਰ ਟੈਂਟ ਵੀ ਬਣਾਇਆ ਹੈ ਤੇ ਉੱਥੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਜੋ ਅੱਜ ਦੀ ਡੇਟ ਵਿੱਚ ਚੀਜ਼ ਹੈਗੀ ਜੋ ਗਿਆਨ ਦੀ ਸੇਵਾ ਤੁਸੀਂ ਕਰ ਰਹੇ ਹੋ ਲੋਕਾਂ ਨੂੰ ਲਗਾਤਾਰ ਤੁਸੀਂ ਇਨ ਬਿਲਸ ਬਾਰੇ ਐਜੂਕੇਟ ਕਰ ਰਹੇ ਹੋ ਕਿਸ ਤਰ੍ਹਾਂ ਸਰਕਾਰ ਇਸ ਚੀਜ਼ ਨੂੰ ਅੱਗੇ ਵਧਾ ਰਹੀ ਹੈ ਕੀ ਉਹਨਾਂ ਦੀ ਸਟ੍ਰੈਟੇਜੀਜ਼ ਹਨ ਇਹਦੇ ਬਾਰੇ ਬਟ ਸਰ ਸਭ ਤੋਂ ਪਹਿਲੇ ਤਾਂ ਮੈਂ ਪੁੱਛਣਾ ਚਾਹਾਂਗੀ ਕਿ ਜੋ ਇਹ 26 ਜਨਵਰੀ ਨੂੰ ਜਿਸ ਤਰ੍ਹਾਂ ਇਵੈਂਟਸ ਹੋਏ ਹਨ ਜੋ ਤੁਸੀਂ ਕਹਿ ਲਓ ਇੱਕ ਕਿਸਮ ਦੀ ਆਊਟ ਆਫ ਕੰਟਰੋਲ ਹੋ ਗਈ ਸੀ ਜਿਸ ਵੀ ਕਾਰਨ ਇਹ ਆਊਟ ਆਫ ਕੰਟਰੋਲ ਹੋਏ ਹਨ ਇਸ ਚੀਜ਼ ਨੂੰ ਲੈ ਕੇ ਕਿਸਾਨ ਅੰਦੋਲਨ ਤੇ ਖਾਸ ਕਰਕੇ ਜੋ ਆਗੂਆਂ ਹਨ ਇਹ ਲੀਡਰਸ਼ਿਪ ਹੈਗੀ ਉਹਨਾਂ ਤੇ ਕੀ ਇਫੈਕਟ ਹੋਏਗਾ ਤੁਹਾਡੇ ਖਿਆਲ 'ਚ ਗੱਲ ਇਹ ਹੈ ਅਸਮਿਤਾ ਜੀ ਇੱਕ ਬੇਸਿਕ ਜਿਹਾ ਕੁਐਸਚਨ ਇਹਦੇ 'ਚ ਇਹ ਹੈ ਵੀ ਵਾਇਲੈਂਸ ਕੌਣ ਕਰੂਗਾ
वायलेंस वो करूंगा जिन्हों वायलेंस फेवर कर रही है, जिन्हों वायलेंस का फायदा होंगे। किसान जथेबंदियां मन्नी हुई परवानत हकीकत है कि किसान जथेबंदियां जिस दिन तो इस 26 नवंबर तो चल रहे, 26 नवंबर तो लैके लगातार पीसफुली चल रहे हैं। 26 नवंबर तो थले चल रहा है पर 26 नवंबर तो दिल्ली आ गए सिंघू बार्डर से, सिंघू बार्डर से टिकरी बार्डर से दूजे बार्डर से लेट आए हैं थोड़े जे, पर आ गए से किसान। वो रिपीटडली यह प्रचार कह रहे हैं उन्होंने लीडरशिप के इस शांतमई रखना। सरदार बलबीर सिंह राजेवाल ने बार बार कहा, तुसी भी होना क्या होना स्टेज पर, कि जे इस अंदोलन च वायलेंस हो जाती है तो सरकार जितती है, जे इस अंदोलन पीसफुल रखा तो साड़ी जित यकीनी है। जिन्हों ये है कि वो जित पीसफुल रखने से यकीनी है, वायलेंस क्यों करूंगा भाई, बेसिक सवाल है। हूँ ये गल यूनियन के सिर मड़ी जा रही है कि यूनियन ने वायलेंस की मॉब जोड़ा है कंट्रोल तो बाहर हो गया उन्होंने, ऐसा कुछ भी नहीं है। ये बेसिकली दो तीन क्वेश्चन बड़े इंपोर्टेंट है। जो तुम उदे गए हो सिंघू बार्डर, सिंघू बार्डर के लास्ट च मतलब एक स्टेज जी इन्हों की है सांझे मोर्चे की, संयुक्त मोर्चे की है। जो आप तुरद हाँ दिल्ली वाले पासे तो दिल्ली वाले पासे लास्ट जिते बैरीकेड्स हैं उत्थे एक स्टेज संयुक्त मोर्चे की है। उस तो अगे निहंगा के घोड़े से निहंग बैठे से, उस तो अगे पैरामिलिट्री फोर्सिज हैं, सारा पैरामिलिट्री फोर्सिज का एक घेरा है। उस तो अगे एक स्टेज है जिहड़ी किसान मजदूर संघर्ष कमेटी की है। वह स्टेज किवें लगी जो उ बैरीकेड तक बैरीकेड है, उत्थे बैरीकेड तक रोक दिता गया था। बैरीकेड्स तो अगले पासे मतलब जिथे पैरामिलिट्री फोर्सिज हैं उस तो अगे उस स्टेज किवें स्थापित हुई, ये गल हाले भी जी है ना गुझी है भी उन्होंने उत्थे किवें बिठाया गया। दूजा क्वेश्चन, वो कदे भी संयुक्त मोर्चे का पार्ट नहीं रहे, अज भी उस संयुक्त मोर्चे का पार्ट मोर्चे का पार्ट नहीं है। उन्होंने बड़ी कोशिश की गई पर नहीं, कहते साड़ी अपनी लाइन ऑफ एक्शन है, असं अपने तौर पर जी एजुटेशन चलावे, स्टेज भी वो अपनी वक्री चला रहे तो उत्तर कई किस्म दल भी करते रहे वह जोड़े है। हम उ मतलब उतों के जोड़े लीडर हैं मिस्टर पन्नू हैं मिस्टर सरवण सिंह हैं जोड़े, वो लीडर कुछ डिफरेंट किस्म की बोली बोलते रहे। तो दीप सिद्धू बारे एक मतलब नोन फैक्ट है कि वह बीजेपी का बंदा, वो सनी देओल जो इलेक्शन लड़ा सी अमृतसर तो धर्मेंद्र का मुंडा फिल्मी एक्टर, तो दीप सिद्धू उदा इलेक्शन का इंचार्ज सी बीजेपी की सीट पर लड़िया, वो अजे भी बीजेपी का MLA है उस उदे ते। तां जेड़ा वो उदियां हुण फोटो सारिया रिलीज हुई ने, उदियां फोटो अमित शाह नाल है, उदियां फोटो मोदी साहब नाल सारिया, तो बहुत सारिया फोटो जो रिलीज हुई ने। वो इंटरवीन किया, उसने अपना वक्रा मोर्चा भी संभू तलाया हुआ सी, संभू संभू हरियाणे के बॉर्डर पर है, ये सिंघू है वह संभू है, वक्रा मोर्चा उन्हें लाया हुआ उत्थे आके बैठा लगातार चलता रहा। उन्होंने किसान यूनियन ने कहता से असं तेरे नाल नहीं रल सकते, तेरी लाइन ऑफ एक्शन हो रहा, तू होर तरह की बोली बोलता, असं हो साडा हो रहा लाइन ऑफ एक्शन, उन्हें वक्रा ला लिया तो लगातार चला रहा। एक सवाल है भी कितों चला रहा, एक इंडिविजुअल जिंद कोई ऑर्गेनाइजेशन नहीं, कोई भी किसानों की ऑर्गेनाइजेशन नहीं है, कोई भी किसी ऑर्गेनाइजेशन का बंदा नहीं है, उत्थे लाके मोर्चा लाके बैठा तो कुदरती तौर पर बीजेपी ने लुआया वैसे सारा पता हो गया से, किसान उन्हें यूनियन ने वे डिसएसोशिएट करता से अपनी स्टेजा तो उन्होंने चढ़न तो ना करते, वो इंटरवीन कर जाता 25 की रात को, वह अपीयर हों स्टेज पर 25 की रात को, उधरले पासे 25 की रात को जोड़ा है दूजे पासे होर तरह की गल् होंगे जी स्टेज किसान मजदूर संघर्ष कमेटी की सी जिदा संयुक्त मोर्चे नाल कोई तलक नहीं है। तो यह उस वेले ही क्लीयर हो गया सी कि वह भी सरकार की बोली बोल रहे, ये भी सरकार की बोली बोल रहे, रूट तय हो गए सी पंजे थावां ते जिथों जलूसा ने तिरना सी इस रूट ते उन्होंने जाना तो पीसफुली जाके वापस आ जाना सारा जी। जदों रूट ने तुरना सी उस वेले 10 बजे जदों उधर की परेड की सलामी खत्म हो जानी सी, उत्थों पहुंचण दे टाइम तक उत्थों तुर के पीसफुली आ जाना सी, क्लीयर सी भी सारा कुछ पीसफुल होगा, यह तय हो गया सी पुलिस नाल प्रशासन नाल लगातार किन्नियां मीटिंगां करन तों बाद, कि वह कहिंदे सी तुसीं बाहरली रोड से कर लो, ये कहिंदे सी भी नहीं असीं वाया इस एयर एरिया असीं कवर करना चाहुंदे हां, आउणा फिर बाहरली रोड ते सी जिहड़ी रिंग रोड तों बाहर है।
ਹੁਣ ਜਦੋਂ 10 ਵਜੇ ਚੱਲਣਾ ਸੀ ਤਾਂ 7 ਵਜੇ ਰਾਤ ਨੂੰ ਉੱਥੇ ਰੌਲਾ ਪਵਾਇਆ ਗਿਆ ਸਟੇਜ ਤੇ, ਜਿਹੜੀ ਸੰਯੁਕਤ ਮੋਰਚੇ ਦੀ ਸਟੇਜ ਸੀ ਉਹਦੇ ਤੇ ਵੀ ਰੌਲਾ ਪਵਾਇਆ ਗਿਆ ਰਾਤ ਨੂੰ, ਤੇ ਰਾਤ ਨੂੰ ਲੀਡਰਾਂ ਨੇ ਵੀ ਇੰਟਰਵਿਊ ਕੀਤਾ ਉਹਨਾਂ ਦੀ, ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਨਾ ਕਰੋ, ਇਹ ਰੋਂਗ ਹੈ, ਨਾ ਕਰੋ ਨਾ ਕਰੋ ਨਾ ਕਰੋ, ਇਹਨੂੰ ਪੀਸਫੁਲ ਰਹਿਣ ਦਿਓ ਰਿਪੀਟਡਲੀ, ਅਸੀਂ ਹੱਥ ਜੋੜ ਕੇ ਵੀ ਤੁਹਾਨੂੰ ਬੇਨਤੀਆਂ ਕਰਦੇ ਹਾਂ ਵੀ ਇਹ ਨਾ ਕਰੋ। ਪਰ ਉਹ ਵਜਿਦ ਸੀਗੇ ਆਪਣੀ ਗੱਲ ਤੇ, ਉਹਨਾਂ ਨੇ ਮਤਲਬ ਜਲੂਸ ਤੁਰਨਾ ਸੀ 7 ਵਜੇ ਨਾ 10 ਵਜੇ, ਤੋੜਤਾ 7 ਵਜੇ, 7 ਵਜੇ 7:30 ਵਜੇ ਉੱਥੋਂ ਤੁਰ ਚੁੱਕਿਆ ਸੀ ਜਿਹੜਾ ਉਹਨਾਂ ਦਾ ਜਲੂਸ ਹੈ, ਜਿਹੜਾ ਤੋੜਨ ਦਾ ਕੋਈ ਟਾਈਮ ਹੀ ਨਹੀਂ ਸੀ, ਪੁਲਿਸ ਨੇ ਕਿਵੇਂ ਪਰਮਿਟ ਕੀਤਾ ਉਹਨਾਂ। ਜੀ ਜਿਹੜਾ ਜਿਹੜੇ ਰੂਟਾਂ ਤੇ ਜਲੂਸ ਤੁਰਨਾ ਸੀ ਉਹ ਰੂਟ ਬੰਦ ਕਰ ਦਿੱਤੇ ਗਏ, ਦੂਜੇ ਰੂਟ ਜਿਹੜੇ ਖੋਲ੍ਹ ਦਿੱਤੇ ਗਏ ਜਿਹੜੇ ਇਸ ਪਾਸੇ ਨੂੰ ਜਾਂਦੇ ਸੀ ਜਿੱਥੇ ਗੜਬੜ ਹੋਣ ਦੀ ਸੰਭਾਵਨਾ ਸੀ, ਜਿੱਥੇ ਉਹ ਗੜਬੜ ਕਰਾਉਣਾ ਚਾਹੁੰਦੇ ਸੀ। ਜਦੋਂ ਇੱਕ ਸਟੇਜ ਆਈ ਇਹ ਜਲੂਸ ਤੁਰਿਆ ਉਹਨਾਂ ਦੇ ਪਿੱਛੇ ਨੈਚੁਰਲੀ, ਜਦੋਂ ਉਹ ਤੁਰ ਪਏ ਤਾਂ ਦੂਜਿਆਂ ਨੇ ਵੀ ਉਹਨਾਂ ਦੇ ਪਿੱਛੇ ਤੁਰ ਪੈਣਾ ਸੀ, ਕਿਉਂਕਿ ਥੋੜ੍ਹਾ ਫਾਸਲਾ ਸੀ। ਜਦੋਂ ਇੱਕ ਵਾਰੀ ਤੁਰ ਪਵੇ ਤਾਂ ਤੁਸੀਂ ਲੋਕਾਂ ਨੂੰ ਮਤਲਬ ਰੋਕਣਾ ਜਿਹੜਾ ਔਖਾ ਹੁੰਦਾ ਨਾਲ ਨਾਲ ਤੁਰ ਪਏ। ਜਿੱਥੋਂ ਮੁੜਨਾ ਸੀ ਜਲੂਸ ਨੇ ਇਹਨਾਂ ਦੇ ਮਤਲਬ ਸੰਯੁਕਤ ਮੋਰਚੇ ਦੇ ਨੇ, ਉਸ ਤੋਂ ਉਸ ਤੇ ਉਹ ਰੂਟ ਹੀ ਬੰਦ ਕਰ ਦਿੱਤਾ ਗਿਆ ਜਿਹੜੇ ਰੂਟ ਤੇ ਜਾਣਾ ਸੀ। ਉੱਥੇ ਪੁਲਿਸ ਨੇ ਬੈਰੀਕੇਡ ਲਾ ਦਿੱਤੇ, ਉੱਥੇ ਬੈਰੀਕੇਡ ਨਹੀਂ ਲਾਏ ਜਿਹੜੇ ਪਾਸੇ ਰੂਟ ਨੇ ਨਹੀਂ ਜਾਣਾ ਸੀ, ਉੱਥੇ ਬੈਰੀਕੇਡ ਲਾਤੇ ਜਿਹੜੇ ਪਾਸੇ ਰੂਟ ਨੇ ਮਤਲਬ ਜਾਣਾ ਸੀ, ਜਿਹੜਾ ਅਲੋਟ ਹੋਇਆ ਰੂਟ ਸੀ। ਮਤਲਬ ਤੁਸੀਂ ਦੱਸੋ ਇਹ ਇਕੱਲੇ ਸਿੰਘੂ ਬਾਰਡਰ ਤੇ ਨਹੀਂ ਹੋਇਆ, ਸਾਰਿਆਂ ਬਾਰਡਰਾਂ ਤੇ ਇਹੀ ਹੋਇਆ, ਇਹੀ ਹੋਇਆ ਮਤਲਬ ਟਿੱਕਰੀ ਬਾਰਡਰ ਤੇ ਇਹੀ ਹੋਇਆ, ਗਾਜ਼ੀਪੁਰ ਬਾਰਡਰ ਤੇ ਸਿਮਿਲਰ ਘਟਨਾ। ਕਿਵੇਂ ਪਲਾਨ ਕੀਤਾ ਗਿਆ ਦੱਸੋ, ਜਿਹੜੇ ਲਾਲ ਕਿਲੇ ਨੂੰ ਜਾਂਦੇ ਸੀ ਰੂਟ ਉਹ ਖੋਲ੍ਹ ਦਿੱਤੇ ਗਏ, ਜਿਹੜੇ ਰਿੰਗ ਰੂਟ ਰੋਡ ਨੂੰ ਜਾਂਦੇ ਸੀ ਰੂਟ ਉਹ ਖੋਲ੍ਹ ਦਿੱਤੇ ਗਏ, ਜਿਨ੍ਹਾਂ ਤੇ ਤੈਅ ਹੋਇਆ ਸੀ ਪਲਾਨ ਹੋਇਆ ਸੀ ਉਹ ਮਤਲਬ ਬੰਦ ਕਰ ਦਿੱਤੇ ਗਏ। ਅਸੀਂ ਪਟਿਆਲੇ ਤੋਂ 26 ਐਂਬੂਲੈਂਸਿਸ ਲੈ ਕੇ ਗਏ ਸੀ, ਸਾਨੂੰ ਪੁਲਿਸ ਦੀ ਵੱਲੋਂ ਆਏ ਸੀ ਵੀ ਇਹਨਾਂ ਇਹਨਾਂ ਇੰਸਪੈਕਟਰ ਕੋਲੇ ਤੁਹਾਡਾ ਹੋਊਗਾ, ਫਲਾਣੀ ਫਲਾਣੀ ਥਾਂ ਤੇ ਖੜਾਉਣੀ ਹੈ, ਫਲਾਣੀ ਥਾਂ ਤੇ ਖੜਾਉਣੀ ਹੈ, ਫਲਾਣੀ ਥਾਂ ਤੇ ਖੜਾਉਣੀ ਹੈ। 20 ਐਂਬੂਲੈਂਸਿਸ ਅਸੀਂ ਉਸੇ ਤਰ੍ਹਾਂ ਖੜਾਤੀਆਂ, 6 ਐਂਬੂਲੈਂਸਿਸ ਦਾ ਫਲੀਟ ਅਸੀਂ ਰੱਖ ਲਿਆ, ਮੈਂ ਤੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਤੇ ਕੁਛ ਪਲਾੜੇ ਦੇ ਡਾਕਟਰਾਂ ਨੇ ਮਿਲ ਕੇ ਉਹ ਭੇਜੇ ਸੀ, ਡਾਕਟਰ ਬਲਵੀਰ ਸਿੰਘ ਸੀਗੇ, ਡਾਕਟਰ ਅਮਰ ਸਿੰਘ ਆਜ਼ਾਦ ਸੀਗੇ ਤੇ ਮੈਂ ਉਹਨਾਂ ਦੇ ਨਾਲ ਸੀਗਾ। ਮੈਂ ਮੈਡੀਕਲ ਪ੍ਰੋਫੈਸ਼ਨ 'ਚ ਨਹੀਂ ਹਾਂ, ਮੈਂ ਅਦਰਵਾਈਜ਼ ਮੈਨੇਜਮੈਂਟ 'ਚ ਉਹਨਾਂ ਦੇ ਨਾਲ ਨਾਲ ਸੀਗਾ। ਉਹਨਾਂ ਦੇ ਨਾਲ ਸਾਡੇ ਕੋਲ ਹਰ ਐਂਬੂਲੈਂਸ 'ਚ ਡਾਕਟਰਾਂ ਦੀ ਟੀਮ ਸੀ, ਹਰ ਐਂਬੂਲੈਂਸ ਦੇ ਅੰਦਰ ਮਤਲਬ ਜਿਹੜੀ ਹੈ ਵਲੰਟੀਅਰ ਸੀਗੇ ਤੇ ਉਹ ਅਸੀਂ ਲਾਤੀਆਂ ਤੇ 6 ਐਂਬੂਲੈਂਸਾਂ ਸਾਡੀਆਂ ਇੱਕ ਥਾਂ 'ਤੇ ਖੜੀਆਂ ਸੀ, ਉਸ ਰੂਟ 'ਤੇ ਖੜੀਆਂ ਸੀ ਸਾਰੀ। ਜਿੱਥੇ ਐਂਬੂਲੈਂਸ ਖੜੀਆਂ ਸੀ ਉਸ ਰੂਟ 'ਤੇ ਆਇਆ ਹੀ ਨਹੀਂ ਕੋਈ, ਪ੍ਰੋਸੈਸ਼ਨ ਹੀ ਨਹੀਂ ਆਇਆ ਕਿਉਂਕਿ ਉਸ ਰੂਟ 'ਤੇ ਪ੍ਰੋਸੈਸ਼ਨ ਨੂੰ ਆਉਣ ਹੀ ਨਹੀਂ ਦਿੱਤਾ ਗਿਆ। ਮਤਲਬ ਤੁਸੀਂ ਅੰਦਾਜ਼ਾ ਲਾਓ ਵੀ ਕਿਵੇਂ ਇਹ ਪਲਾਨ ਕੀਤਾ ਗਿਆ ਸਾਰਾ ਕੁਛ ਹੀ, ਵੀ ਉਹ ਲੋਕ ਲਾਲ ਕਿਲੇ ਨੂੰ ਤਰਨ, ਕਿਉਂਕਿ ਬੇਸਿਕ ਸਵਾਲ ਇੱਕ ਸੀ ਕਿ ਇਹ ਮੂਵਮੈਂਟ ਮਤਲਬ ਪੀਸਫੁਲ ਜਾ ਰਹੀ ਸੀ, ਸਰਕਾਰ ਨੂੰ ਇਹਦੇ 'ਤੇ ਰਿਪਰੈਸ਼ਨ ਕਰਨ ਦਾ ਕੋਈ ਬਹਾਨਾ ਨਹੀਂ ਸੀ ਮਿਲ ਰਿਹਾ, ਕਿਉਂਕਿ ਇੰਟਰਨੈਸ਼ਨਲੀ ਮੂਵਮੈਂਟ ਬਣ ਗਈ ਸੀ ਅਤੇ ਅਨਪ੍ਰੈਸੀਡੈਂਟਡ ਮੂਵਮੈਂਟ ਹੈ ਅਤੇ ਦੁਨੀਆ ਦੇ ਇਤਿਹਾਸ 'ਚ ਹਿਊਮਨ ਹਿਸਟਰੀ 'ਚ ਕਿਸਾਨੀ ਦੀ ਸਭ ਤੋਂ ਵੱਡੀ ਮੂਵਮੈਂਟ ਇਹ ਡਿਕਲੇਅਰ ਹੋ ਗਿਆ। ਰਿਸਰਚਰਸ ਨੇ ਕਿਹਾ, ਸਕਾਲਰਸ ਨੇ ਕਿਹਾ ਕਿ ਹਿਸਟਰੀ ਦੀ ਇਹ ਬਹੁਤ ਸਭ ਤੋਂ ਵੱਡੀ ਮੂਵਮੈਂਟ ਹੈ। ਜਦੋਂ ਅਨਪ੍ਰੈਸੀਡੈਂਟਡ ਮੂਵਮੈਂਟ ਹੋਵੇ ਤਾਂ ਉਹਦੇ 'ਚ ਬਹੁਤ ਸਾਰੀਆਂ ਗੱਲਾਂ ਅਨਪ੍ਰੈਸੀਡੈਂਟਡ ਹੁੰਦੀਆਂ ਹੈ, ਅਤੇ ਤੁਸੀਂ ਵੀ ਦੇਖਿਆ ਹੋਣਾ ਵੀ ਕਿਸ ਤਰ੍ਹਾਂ ਲੋਕ ਤੁਹਾਨੂੰ ਕੱਪੜੇ ਵੀ ਧੋਤੇ ਹੋਏ ਦੇ ਰਹੇ ਹੈ। ਹਾਂਜੀ ਐਗਜੈਕਟਲੀ ਜਿੰਦੂ ਜੀ, ਆਈ ਥਿੰਕ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਲੇ ਤੱਕ ਇਹ ਮੂਵਮੈਂਟ ਬਹੁਤ ਹੀ ਪੋਜ਼ਿਟਿਵ ਤਰੀਕੇ ਨਾਲ ਅੱਗੇ ਵੱਧ ਰਹੀ ਸੀ, ਤੇ ਖਾਸ ਕਰਕੇ ਜਿੱਥੇ ਇੰਟਰਨੈਸ਼ਨਲ ਮੀਡੀਆ ਇੰਟਰਨੈਸ਼ਨਲ ਲੋਕਾਂ ਦਾ ਇਹਦੇ ਵਿੱਚ ਕਿੰਨਾ ਵੱਡਾ ਰੋਲ ਹੈ, ਇਨ ਦ ਸੈਂਸ ਸਪੋਰਟ ਵੱਲੋਂ ਵੱਖ ਵੱਖ ਤਰ੍ਹਾਂ ਦੀ ਸਪੋਰਟ, ਉਸ ਚੀਜ਼ ਤੇ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਕਹਿ ਲਓ ਹੁਣ ਥੋੜਾ ਜਿਹਾ ਅਫੈਕਟ ਹੋਇਆ ਇਨ ਨੈਗੇਟਿਵ ਚੀਜ਼ਾਂ ਦੇ ਨਾਲ। ਬਟ ਸਰ ਇੱਕ ਵਾਰੀ ਫਿਰ ਜੋ ਇਹ ਦਿੱਲੀ ਪੁਲਿਸ ਨੇ FIR ਦਰਜ ਕੀਤੀ ਹੈ ਕਿਸਾਨ ਆਗੂਆਂ ਦੇ ਖਿਲਾਫ, ਇੱਕ ਪਾਸੇ ਤਾਂ ਇਹ ਕਹਿ ਰਹੇ ਹੈ, ਇੱਕ ਪਾਸੇ ਸਾਨੂੰ ਇਹ ਸੁਣਨ ਨੂੰ ਮਿਲ ਰਿਹਾ ਕਿ ਦੇਖੋ ਜੀ ਜੋ ਚੀਜ਼ਾਂ ਹੋਈਆਂ ਜੋ ਘਟਨਾਵਾਂ ਵਾਪਰੀਆਂ ਉਹ ਸਾਫ਼ ਦੱਸਦੀਆਂ ਕਿ ਕਿਸਾਨ ਆਗੂਆਂ ਦੇ ਇਹ ਕੰਟਰੋਲ ਵਿੱਚ ਨਹੀਂ ਹੈਗਾ ਇਹ ਅੰਦੋਲਨ। ਦੂਜੇ ਪਾਸੇ ਪੁਲਿਸ FIR ਦਰਜ ਕਰ ਰਹੀ ਹੈ, ਉਹਨਾਂ ਨੂੰ ਰਿਸਪੋਂਸੀਬਲ ਹੋਲਡ ਕਰ ਰਹੀ ਹੈ ਕਿ ਜੀ ਤੁਹਾਡੇ ਕਰਕੇ ਇਹ ਚੀਜ਼ ਹੋਈ, ਤੇ ਇਹਦਾ ਆਪਾਂ ਕਿਸ ਤਰ੍ਹਾਂ ਸੈਂਸ ਬਣਾ ਸਕਦੇ ਹਾਂ? ਗੱਲ ਇਹ ਹੈ ਸੁਮਿਤਾ ਜੀ, ਇਹ ਗੱਲ ਕਹਿਣਾ ਉਹਨਾਂ ਦਾ ਕਿ ਇਹ ਕਿਸਾਨ ਆਗੂਆਂ ਦੇ ਕਾਬੂ 'ਚ ਨਹੀਂ ਅੰਦੋਲਨ, ਜਾਂ ਉਹਨਾਂ ਤੋਂ ਬੇਕਾਬੂ ਹੋ ਗਿਆ, ਬੇਸਿਕਲੀ ਗਲਤ ਹੈ। ਅੰਦੋਲਨ ਅੱਜ ਵੀ ਕਿਸਾਨ ਆਗੂਆਂ ਦੇ ਕਾਬੂ 'ਚ, ਉਹਨਾਂ ਨੇ ਕੁਛ ਬੰਦੇ ਜਿਹੜੇ ਉਹ ਸਕਸੈਸਫੁਲ ਹੋ ਗਏ, ਕਿਉਂਕਿ ਰਾਜਕਾਰੀ ਪਾਰਟੀ ਦਾ ਜਦ ਤੁਸੀਂ ਇਤਿਹਾਸ ਦੇਖੋਗੇ ਤਾਂ ਇਸ ਤਰ੍ਹਾਂ ਦਾ ਹੀ ਇੱਕ ਇਤਿਹਾਸ ਹੈ। ਉਹਨਾਂ ਨੇ ਮਤਲਬ ਉਹਨਾਂ ਕੋਲ ਐਸੀ ਇੱਕ ਫੌਜ ਹੈ ਜਿਹੜੀ ਕਿਤੇ ਵੀ ਕੁਛ ਵੀ ਕਰਾਉਣ ਲਈ ਤਿਆਰ ਰਹਿੰਦੀ ਹੈ। ਪਿਛਲੇ ਸਮੇਂ 'ਚ ਬੰਦੇ ਫੜੇ ਗਏ ਬਹੁਤ ਸਾਰੇ, ਜਿਹੜੇ ਬੰਦਿਆਂ ਨੇ ਆਪਣੀ ਪਲਾਨ ਸਾਰੀਆਂ ਦੱਸੀਆਂ, ਉਹ ਪੁਲਿਸ ਹੈਂਡਓਵਰ ਨੂੰ ਕੀਤੇ ਗਏ,
ਕਈਆਂ ਨੇ ਕਹਿਣਾ ਸੀ ਅਸੀਂ ਪੁਲਿਸ ਦੀ ਵਰਦੀ 'ਚ ਆਉਣਾ ਸੀ, ਕਈਆਂ ਨੇ ਕਿਹਾ ਵੀ ਅਸੀਂ ਇੱਧਰਲੇ ਪਾਸਿਓਂ ਮਤਲਬ ਗੋਲੀ ਚਲਾਉਣੀ ਸੀ, ਭੀੜ ਦੇ ਵਾਲੇ ਪਾਸਿਓਂ ਪੁਲਿਸ ਤੇ ਗੋਲੀ ਚਲਾਉਣੀ ਸੀ। ਉਹ ਪੁਲਿਸ ਨੂੰ ਫੜ ਕੇ ਹੈਂਡਓਵਰ ਕੀਤੇ ਗਏ, ਕੁਛ ਨਹੀਂ ਬਣਿਆ ਉਹਨਾਂ ਦਾ, ਕਿਸੇ ਨੂੰ ਕਿਸੇ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਕਿਉਂਕਿ ਉਹਨਾਂ ਦੇ ਆਪਣੇ ਬੰਦੇ ਸੀ, ਜਦੋਂ ਉਹਨਾਂ ਤੇ ਕਾਰਵਾਈ ਕਰਦੇ ਆ ਐਕਸਪੋਜ਼ ਹੁੰਦੇ ਆ, ਨਹੀਂ ਕੀਤਾ। ਤੇ ਅਗਲੀ ਗੱਲ ਆ ਜਿਹੜੀ ਜਿਹੜੀ ਕਾਬੂ ਦੀ ਗੱਲ, ਉਹਨਾਂ ਦੇ ਕਾਬੂ 'ਚ ਜਾ ਰਿਹਾ ਸੀ ਉਸ ਥਾਂ ਤੇ ਜਿੱਥੇ ਰੁਕਣਾ ਸੀ, ਜਿੱਥੋਂ ਰੂਟ ਚੇਂਜ ਹੋਣਾ ਸੀ, ਉਸ ਥਾਂ ਤੇ ਯੂਨੀਅਨ ਦੇ ਆਗੂ ਖੜੇ ਸੀ ਕਿ ਸਾਨੂੰ ਕੋਈ ਵੀ ਇਸ ਰੂਟ ਤੇ ਜਾਣ ਨਹੀਂ ਦੇ ਰਿਹਾ, ਜਿਹੜੇ ਰੂਟ ਤੇ ਅਸੀਂ ਜਾਣਾ ਸਾਨੂੰ ਦੂਜੇ ਪਾਸੇ ਜਾਣਾ, ਕਹਿੰਦੇ ਆ ਵੀ ਇੱਧਰ ਨੂੰ ਜਾਓ, ਜਿੱਦਾਂ ਰਿੰਗ ਰੋਡ ਤੇ ਜਾਓ, ਰਿੰਗ ਰੋਡ ਤੇ ਚਾਹੇ ਲਾਲ ਕਿਲ੍ਹੇ ਚਲੇ ਜਾਓ, ਮਤਲਬ ਗਾਜ਼ੀਪੁਰ ਵਾਲਿਆਂ ਨੂੰ ਵੀ ਇਹੀ ਕਿਹਾ ਵੀ ਲਾਲ ਕਿਲ੍ਹਾ ਇੱਧਰ ਨੂੰ ਜਾਂਦਾ, ਇੱਧਰ ਨੂੰ ਚਲੇ ਜਾਓ। ਤਾਂ ਉਹਨਾਂ ਦੇ ਕਾਬੂ ਤੋਂ ਬਾਹਰ ਕਿਵੇਂ ਹੋ ਗਿਆ? ਉਹਨਾਂ ਦੇ ਕਾਬੂ ਤੋਂ, ਉਹਨਾਂ ਨੇ ਪਲੈਨਡ ਵੇ ਨਾਲ ਇਸ ਨੂੰ ਡੀਰੇਲ ਕੀਤਾ ਤੇ ਡੀਰੇਲ ਕਰਨ 'ਚ ਸਕਸੈਸਫੁਲ ਹੋ ਗਏ। ਅਜੇ ਵੀ ਅੱਜ ਵੀ ਜਿਹੜਾ ਹੈ ਅੰਦੋਲਨ, ਮਤਲਬ ਉਹਨਾਂ ਆਗੂਆਂ ਦੇ ਬੱਸ 'ਚ ਹੈ, ਅੱਜ ਵੀ ਉਹਨਾਂ ਦੇ ਬੱਸ ਤੋਂ ਬਾਹਰ ਨਹੀਂ, ਅੱਜ ਵੀ ਲੋਕ ਉਹਨਾਂ ਦੇ ਨਾਲ ਖੜੇ ਆ, ਅੱਜ ਵੀ ਉਹਨਾਂ ਦੇ ਕਹਿਣੇ ਲੱਗਦੇ ਆ। ਸਿਰਫ ਇੱਕ ਸਵਾਲ ਜਿਹੜਾ ਹੈ, ਜਿਹੜਾ ਫੀਡਬੈਕ ਲੱਗੀ ਅੰਦੋਲਨ ਨੂੰ, ਮੈਂ ਤੁਹਾਨੂੰ ਮੈਂ ਆਪਣੀ ਗੱਲ ਦੱਸਾਂ ਮਾਨਸਿਕ ਤੌਰ ਤੇ, ਕਿਉਂਕਿ ਮੈਂ ਜੁੜਿਆ ਹੋਇਆ ਇਸ ਅੰਦੋਲਨ ਨਾਲ। 26 ਤਰੀਕ 27 ਤਰੀਕ ਨੂੰ ਜਦੋਂ ਮੈਂ ਸਵੇਰੇ ਉੱਠਿਆ, ਮੈਨੂੰ ਡਿਪਰੈਸ਼ਨ ਸੀ ਜੀ, ਤੇ ਮੈਂ ਕਾਰਨ ਮੈਨੂੰ ਇੱਕਦਮ ਸਮਝ ਆ ਗਿਆ। ਰਾਤ ਨੂੰ ਸੁੱਤਾ ਵੀ ਮਤਲਬ ਲੇਟ, ਤੇ ਸਵੇਰੇ ਉੱਠ ਜਾਗ ਵੀ ਜਲਦੀ ਆ ਗਈ। ਤਾਂ ਮੈਨੂੰ ਡਿਪਰੈਸ਼ਨ ਸੀ, ਕੁਦਰਤੀ ਸੀ, ਉਹ ਹਿਊਮਨ ਬੀਂਗ ਹੋ ਤੁਸੀਂ, ਜਦੋਂ ਕੋਈ ਘਟਨਾ ਗਲਤ ਹੋ ਜਾਏ ਤਾਂ ਉਹਦਾ ਅਸਰ ਤੁਹਾਡੇ ਦਿਮਾਗ 'ਤੇ ਹੋਊਗਾ ਹੀ ਹੋਊਗਾ, ਜੇ ਤੁਸੀਂ ਮਨੁੱਖ ਹੋ ਤਾਂ ਸਰ, ਜੇ ਤੁਹਾਡੇ ਸੈਂਸਿਟੀਵਿਟੀ ਹੈਗੀ ਹੈ ਕੋਈ ਮਾੜੀ ਮੋਟੀ, ਤਾਂ ਡੈਫੀਨੇਟਲੀ ਹੋਊ। ਮੈਂ ਆਪਣੇ ਆਪ ਨੂੰ ਸੰਭਾਲਿਆ ਵੀ ਜਦੋਂ ਅਨਪ੍ਰੈਸੀਡੈਂਟਡ ਮੂਵਮੈਂਟ ਹੈ, ਉਹਦੇ 'ਚ ਅਨਪ੍ਰੈਸੀਡੈਂਟਡ ਘਟਨਾ ਵਾਪਰਨ ਦੀਆਂ ਸੰਭਾਵਨਾਵਾਂ ਵੀ ਵੱਧ ਜਾਂਦੀਆਂ ਨੇ, ਜਿਹਦਾ ਖਦਸ਼ਾ ਲਗਾਤਾਰ ਪ੍ਰਗਟ ਕਰ ਰਹੇ ਹੋ, ਅਤੇ ਖਾਸ ਕਰਕੇ ਜਿਹਦੇ ਖਿਲਾਫ਼ ਤੁਸੀਂ ਲੜਾਈ ਲੜ ਰਹੇ ਹੋ, ਉਹ ਇੰਨਾ ਚਾਤਰ ਮਤਲਬ ਚਤਰ ਹੋਵੇ, ਛਲਬਾਜ਼ ਹੋਵੇ, ਧੋਖੇਬਾਜ਼ ਹੋਵੇ, ਜਿਹਦੇ ਤੋਂ ਕਰਿਆ ਜਾਵੇ ਵੀ ਉਹ ਕੁਛ ਵੀ ਕਰ ਸਕਦਾ। ਇਤਿਹਾਸ ਉਹਨਾਂ ਦਾ ਦੱਸਦਾ ਕਿ ਉਹ ਕਿਸੇ ਤਰ੍ਹਾਂ ਦੀ ਵੀ ਕਾਰਵਾਈ ਕਰਨ ਲਈ ਉਹ ਜਿਹੜੇ ਹੈ ਰੈਡੀ ਰਹਿੰਦੇ ਆ, ਅਤੇ ਉਹਨਾਂ ਕੋਲ ਕਰਨ ਦੀ ਦਾ ਪੋਟੈਂਸ਼ੀਅਲ ਹੈ, ਉਹਨਾਂ ਕੋਲ ਕਰਨ ਲਈ ਫੌਜ਼ ਹੈ ਇੱਕ ਤਿਆਰ ਕੀਤੀ ਹੋਈ ਉਹਨਾਂ ਨੇ, ਚਾਹੇ ਉਹ ਸੋਸ਼ਲ ਮੀਡੀਆ 'ਚ ਕੀਤੀ ਹੈ ਚਾਹੇ ਬਾਹਰ ਕੀਤੀ ਹੈ ਸੋਸ਼ਲ ਮੀਡੀਆ ਤੋਂ, ਜਿਹੜੇ ਮਤਲਬ ਇਸ ਪਾਸੇ ਲੱਗੇ ਰਹਿੰਦੇ ਆ ਲਗਾਤਾਰ ਉਸ ਉਹਨਾਂ ਦੇ ਖਿਲਾਫ਼। ਅਸੀਂ ਫਿਰ ਮਤਲਬ ਆਪਣੇ ਆਪ ਨੂੰ ਸੰਭਾਲ ਕੇ ਫਿਰ ਤੋਪੇ ਨਹੀਂ ਵੀ ਐਸੇ ਮੋੜ ਜਦੋਂ ਤੁਸੀਂ ਬਹੁਤ ਵੱਡੀ ਉਹਦੇ 'ਚ ਹੋ ਤਾਂ ਆਉਂਦੇ ਹੈ, ਅਤੇ ਉਹਨਾਂ ਦੇ ਖਿਲਾਫ਼ ਜਿਹੜਾ ਹੈ ਅੱਗੇ ਵੱਧ ਜਾਣਾ ਚਾਹੀਦਾ। ਇਹੀ ਕੰਮ ਬਾਕੀ ਲੀਡਰਸ਼ਿਪ ਦਾ ਹੋਇਆ, ਬਾਕੀ ਲੀਡਰਸ਼ਿਪ ਵੀ ਤੇ ਵੀ ਜਿਹੜੀ ਹੈ ਲੀਡਰਸ਼ਿਪ, ਮੈਂ ਤਾਂ ਲੀਡਰਸ਼ਿਪ ਨਹੀਂ ਹਾਂ, ਮੈਂ ਤਾਂ ਥੱਲੇ ਹਾਂ ਬਹੁਤ, ਪਰ ਜਿਹੜੀ ਵੱਡੀ ਉੱਪਰਲੀ ਲੀਡਰਸ਼ਿਪ ਹੈ ਸਾਡੀ ਜੀ। ਨਹੀਂ ਜਿੰਦਰ ਜੀ, ਤੁਸੀਂ ਆਈ ਥਿੰਕ ਬਹੁਤ ਵੱਡੀ ਤੁਹਾਡੀ ਦੇਣ ਹੈਗੀ ਅੰਦੋਲਨ ਦੇ ਵਿੱਚ, ਤੁਸੀਂ ਲੋਕਾਂ ਦੇ ਵਿੱਚ ਇੱਕ ਇੰਡੀਵਿਜੂਅਲ ਲੈਵਲ ਤੇ ਵਰਤ ਕੇ ਇਸ ਚੀਜ਼ ਬਾਰੇ ਜਾਣਕਾਰੀ ਪ੍ਰੋਵਾਈਡ ਕਰ ਰਹੇ ਹੋ। ਆਈ ਥਿੰਕ ਤੁਸੀਂ ਰੀਸੈਂਟਲੀ ਇੱਕ ਬੁੱਕ ਵੀ ਲਿਖੀ ਹੈਗੀ ਇਨ ਕਾਨੂੰਨਾਂ ਨੂੰ ਲੈ ਕੇ, ਤੇ ਮੈਂ ਚਾਹਾਂਗੀ, ਸਾਡੇ ਕੋਲ ਸਮਾਂ ਜ਼ਿਆਦਾ ਨਹੀਂ ਰਹਿ ਗਿਆ, ਲੇਕਿਨ ਤੁਸੀਂ ਸਾਨੂੰ ਜਾਣਨ ਲਈ ਜ਼ਰੂਰ ਦੱਸੋ ਕਿ ਕੀ ਬੁੱਕ ਹੈਗੀ ਤੇ ਕਿਸ ਤਰ੍ਹਾਂ ਲੋਕੀ ਇਹਨੂੰ ਅਗਰ ਇਹ ਪੜ੍ਹਨਾ ਚਾਹੁੰਦੇ ਆ ਕਿਸ ਤਰ੍ਹਾਂ ਇਹਨੂੰ ਲੈ ਸਕਦੇ ਆ। ਇਹ ਮੈਂ ਸਿਰਫ ਬਹੁਤ ਸੰਖੇਪ ਜੀ ਜਾਣਕਾਰੀ ਦੇਵਾਂਗਾ। ਆਹ ਬੁੱਕ ਹੈ ਅਸ਼ਮਿਤਾ ਜੀ, ਜਦੋਂ ਇਹ ਬੁੱਕ ਦਾ ਨਾਂ ਰੱਖਣ ਦਾ ਸਵਾਲ ਆਇਆ ਸੀ, ਮੈਂ ਇੱਕ ਪਹਿਲੇ ਦਿਨ ਤੋਂ ਹੀ ਮੈਂ ਕਹਿ ਰਿਹਾ ਕਿ ਮੈਂ ਕਾਲੇ ਕਾਨੂੰਨਾਂ ਨਾਲ ਪੂਰਾ ਸਹਿਮਤ ਨਹੀਂ ਕਿ ਕਾਨੂੰਨ ਕਾਲੇ ਕਾਲੇ। ਹੁਣ ਮੇਰੀ ਇਹ ਮੇਰੀ ਯੂਨੀਫਾਰਮ ਦਾ ਕੋਟ ਹੈ, ਇਹਦਾ ਰੰਗ ਕਾਲਾ ਹੈ, ਅਤੇ ਕਾਲੇ ਰੰਗ ਦੀ ਆਪਣੀ ਖੂਬਸੂਰਤੀ ਵੀ ਹੈ। ਇਹ ਬਦਸੂਰਤ ਹੈ ਸਰ, ਤਿੰਨੇ ਜਿਹੜੇ ਤਿੰਨੇ ਖੇਤੀ ਦੇ ਕਾਨੂੰਨ ਹੈ, ਇਹ ਇਸ ਤੋਂ ਬਾਅਦ ਵੀ ਆਏ ਹੈ, ਸਟਬਲ ਬਰਨਿੰਗ 'ਤੇ ਆਇਆ, ਉਹਦੇ 'ਤੇ ਕਦੇ ਗੱਲ ਕਰਾਂਗੇ ਆਪਾਂ ਫਿਰ। ਅਤੇ ਉਹ ਸਾਰੇ ਬਦਸੂਰਤ ਲਾਅ ਹੈ, ਅਤੇ ਇਸ ਤਰ੍ਹਾਂ ਦੇ ਲਾਅ ਹੈ ਵੀ ਜਿਵੇਂ ਮਤਲਬ ਤੁਸੀਂ ਅਖਬਾਰ ਪੜ੍ਹਦੇ ਹੋ ਨਾ, ਜਦੋਂ ਅਖਬਾਰ ਪੜ੍ਹਦੇ ਹੋ ਤਾਂ ਕਈ ਵਾਰੀ ਖਬਰ ਆਉਂਦੀ ਹੈ ਵੀ 4 ਸਾਲ ਦੀ ਬੱਚੀ ਨਾਲ ਬਲਾਤਕਾਰ ਹੋ ਗਿਆ, ਤੁਸੀਂ ਝੰਜੋੜੇ ਜਾਂਦੇ ਹੋ। ਇਸ ਕਾਨੂੰਨ ਨੂੰ ਪੜ੍ਹਦੇ ਹੋਏ ਮੈਂ ਕਿੰਨੇ ਵਾਰੀ ਝੰਜੋੜਿਆ ਗਿਆ ਇਹਨਾਂ ਕਾਨੂੰਨਾਂ ਨੂੰ ਪੜ੍ਹਦੇ ਹੋਏ, ਐਸੀਆਂ ਮੱਦਾਂ ਹੈ ਜਿਹੜੀ ਇਨਹਿਊਮਨ ਹੈ। ਇਸ ਲਈ ਮੈਂ ਜਿਹੜਾ ਮਨੁੱਖ ਦਾ ਰੋਟੀ ਨਾਲੋਂ ਰਿਸ਼ਤਾ ਤੋੜਦੀ ਹਾਂ, ਇਸ ਲਈ ਮੈਂ ਇਹਦਾ ਨਾਂ ਮਨੁੱਖ ਦਾ ਰੋਟੀ ਨਾਲੋਂ ਰਿਸ਼ਤਾ ਤੋੜਨ ਵਾਲੇ 3 ਖੇਤੀ ਕਾਨੂੰਨਾਂ ਦੀ ਸਿਰ ਮੈਂ ਵਿਆਖਿਆ ਕੀਤੀ ਹੈ, ਨਾਲੇ ਮੈਂ ਉਹਨਾਂ ਦਾ ਲੇਖਾ ਜੋਖਾ ਕੀਤਾ ਅਤੇ ਪੜਚੋਲ ਕੀਤੀ ਇਹਦੇ ਅੰਦਰ। 3 ਚੀਜ਼ਾਂ ਮੈਂ ਐਂਗਲ ਤੋਂ ਕੀਤੀਆਂ ਜਿਹੜੀਆਂ ਜਾਣਕਾਰੀ ਮਿਲੇ। ਮੈਂ ਕੋਸ਼ਿਸ਼ ਕੀਤੀ ਹੈ ਕਿ ਸਰਲ ਸ਼ਬਦਾਂ ਦੇ ਅੰਦਰ ਉਹ ਕੁਛ ਜਿਹੜਾ ਲੋਕਾਂ ਨੂੰ ਚਾਹੀਦਾ, ਲੋਕਾਂ ਕੋਲ ਇਨਫੋਰਮੇਸ਼ਨ ਪਹੁੰਚੇ, ਤਾਂ ਕਿ ਉਹ ਹਰ ਉਹਨਾਂ ਦੀ ਕਲੀਅਰ ਹੋਵੇ। ਸਿੱਖ ਹਿਸਟਰੀ ਪੜ੍ਹਾਈ ਜਾਣੀ ਚਾਹੀਦੀ ਹੈ, ਉਹਦਾ ਇਹਦੇ ਅੰਦਰ ਇੱਕ ਬਹੁਤ ਵੱਡਾ ਰੋਲ ਹੈ ਇਸ ਮੂਵਮੈਂਟ ਦੇ ਅੰਦਰ। ਜੇ ਤੁਹਾਡੇ ਲੰਗਰ ਨਾ ਚੱਲਦੇ, ਤੁਹਾਡੇ ਕੋਲ ਲੜਨ ਦੀ ਸਪਿਰਿਟ ਨਾ ਹੁੰਦੀ, ਤਾਂ ਇਹ ਮੂਵਮੈਂਟ ਇਸ ਲੈਵਲ 'ਤੇ ਨਹੀਂ ਸੀ ਲਿਜਾਏ ਸਕਦੀ। ਪੰਜਾਬ ਨੇ ਇਸੇ ਕਰਕੇ ਲੀਡ ਕੀਤਾ, ਉਹਨਾਂ ਦਾ ਇਤਿਹਾਸ, ਪੰਜਾਬ ਦਾ ਇਤਿਹਾਸ ਅਤੇ ਸਿੱਖਾਂ ਦਾ ਇਤਿਹਾਸ ਬੜਾ ਬਹੁਤ ਮਤਲਬ ਡਿਫਰੈਂਟ ਕਿਸਮ ਦਾ ਇਤਿਹਾਸ ਹੈ। ਮੈਂ ਕਿਸੇ ਧਰਮ ਨੂੰ ਨੀਵਾਂ ਨਹੀਂ ਦਿਖਾਉਣਾ ਚਾਹੁੰਦਾ, ਪਰ ਇਹਦੇ ਅੰਦਰ ਬਿਊਟੀ ਬਹੁਤ ਹੈ, ਮਤਲਬ ਕਿਸੇ ਦੂਜੇ ਧਰਮ ਦੀ, ਠੀਕ ਹੈ, ਸਾਰੇ ਧਰਮਾਂ ਦੀ ਆਪਣੀ ਆਪਣੀ ਥਾਂ 'ਤੇ ਆਪਣੀ ਆਪਣੀ ਇੱਕ ਵੱਖ ਵਿਲੱਖਣ ਪਛਾਣ ਹੈ। ਦੂਜਾ,
ਜਿਹੜਾ ਸਾਨੂੰ ਆਜ਼ਾਦੀ ਦੀ ਜਿਹੜੀ ਜਿਹੜੀ ਪੜ੍ਹਾਈ ਗਈ ਹੈ ਹੁਣ ਦੁਬਾਰਾ ਦੁਬਾਰਾ ਪੜ੍ਹਾਈ ਜਾ ਰਹੀ ਆਜ਼ਾਦੀ ਦੀ ਲੜਾਈ ਦੇ ਸੂਰਮਿਆਂ ਦਾ ਜਿਹੜਾ ਆਜ਼ਾਦੀ ਦੀ ਲੜਾਈ ਦਾ ਇਤਿਹਾਸ ਸਾਨੂੰ ਪੜ੍ਹਾਇਆ ਜਾਣਾ ਚਾਹੀਦਾ ਕਿਵੇਂ ਅਸੀਂ ਸਾਡੇ ਮਤਲਬ ਵੱਡੇ ਆ ਜਿਹੜੇ ਸਾਡੇ ਬਜ਼ੁਰਗ ਆ ਉਹਨਾਂ ਨੇ ਜਾਨ ਹੂਲਵੀ ਲੜਾਈ ਲੜੀ ਹੈ ਉਹਨੇ ਇਸ ਮੂਵਮੈਂਟ ਨੂੰ ਬਲ ਦਿੱਤਾ ਸਾਰਾ ਕੁਛ ਨਹੀਂ ਪਰ ਕਾਨੂੰਨ ਦਾ ਪੜ੍ਹਾਇਆ ਜਾਣਾ ਉਹ ਕਾਹਦੇ ਲਈ ਆ ਰਹੇ ਆ ਉਹ ਜ਼ਰੂਰੀ ਹੈ ਇਹਦੇ ਅੰਦਰ ਮੈਂ ਕੋਸ਼ਿਸ਼ ਕੀਤੀ ਹੈ ਉੱਥੇ ਰਹਿੰਦਿਆਂ ਮੈਂ ਮਹਿਸੂਸ ਕਰ ਰਿਹਾ ਸੀ ਉੱਥੇ ਲਿਖੀ ਗਈ ਹੈ ਇਹ ਬੁੱਕ ਸਿੰਘੂ ਬਾਰਡਰ ਤੇ ਬੈਠ ਕੇ ਹੀ ਮੈਂ ਲਿਖੀ ਹੈ ਤੜਕੇ ਉੱਠ ਕੇ ਮੈਂ ਲਿਖਦਾ ਹੁੰਦਾ ਸੀ ਇਸ ਨੂੰ ਪੜ੍ਹਦਾ ਹੁੰਦਾ ਸੀ ਤੇ ਨਾਲੇ ਲਿਖਦਾ ਹੁੰਦਾ ਸੀ 2 ਵਜੇ ਵੀ ਮੈਂ ਉੱਠ ਜਾਂਦਾ ਸੀ ਇਹਨੂੰ ਲਿਖਣ ਦੇ ਲਈ ਇਹਦੇ ਲਈ ਮੈਂ ਵਿਸ਼ੇਸ਼ ਤੌਰ ਤੇ ਪਹਿਲਾਂ ਤਾਂ ਮੈਂ ਖੇਤੀ ਦੀ ਜਿਹੜੀ ਮਤਲਬ ਜਿਹੜਾ ਖੇਤ ਹੈ ਕੀ ਹੈ ਉਹ ਬਿਆਨ ਕੀਤੇ ਆ ਖੇਤ ਸਿਰਫ ਅੰਨ ਨਹੀਂ ਪੈਦਾ ਕਰਦੇ ਮੈਂ ਕਿਹਾ ਖੇਤਾਂ ਨੇ ਬਹੁਤ ਕੁਛ ਪੈਦਾ ਕੀਤਾ ਮੈਂ ਖੇਤਾਂ ਦੀ ਪੈਦਾਵਾਰ ਹਾਂ ਖੇਤਾਂ ਨੇ ਵਕੀਲ ਪੈਦਾ ਕੀਤੇ ਆ ਖੇਤਾਂ ਨੇ ਇੰਜੀਨੀਅਰ ਪੈਦਾ ਕੀਤੇ ਜੇ ਮੇਰੇ ਫਾਦਰ ਕੋਲ ਜ਼ਮੀਨ ਨਾ ਹੁੰਦੀ ਮੈਂ ਉਹ ਚਾਹੁੰਦੇ ਹੋਏ ਜਾਂ ਮੇਰੀ ਮਦਰ ਔਰ ਫਾਦਰ ਮੈਨੂੰ ਕਿਵੇਂ ਪੜ੍ਹਾ ਲੈਂਦੇ ਮੈਨੂੰ ਵਕਾਲਤ ਕਿਵੇਂ ਕਰਾ ਲੈਂਦੇ ਤੇ ਮੈਂ ਬਾਈ ਪ੍ਰੋਡਕਟ ਖੇਤਾਂ ਦੀ ਤੇ ਖੇਤਾਂ ਨੇ ਇੰਜੀਨੀਅਰ ਪੈਦਾ ਕੀਤੇ ਖੇਤਾਂ ਨੇ ਡਾਕਟਰ ਪੈਦਾ ਕੀਤੇ ਖੇਤਾਂ ਨੇ ਬੁੱਧੀਜੀਵੀ ਪੈਦਾ ਕੀਤੇ ਖੇਤਾਂ ਨੇ ਕਵੀ ਪੈਦਾ ਕੀਤੇ ਖੇਤਾਂ ਨੇ ਮਤਲਬ ਜਿਹੜਾ ਬੜਾ ਕੁਛ ਪੈਦਾ ਕੀਤਾ ਹੈ ਖੇਤਾਂ ਨੇ ਸਾਡਾ ਸੱਭਿਆਚਾਰ ਪੈਦਾ ਕੀਤਾ ਸਾਡੇ ਤਿਉਹਾਰ ਪੈਦਾ ਕੀਤੇ ਖੇਤਾਂ ਨੇ ਮਤਲਬ ਵੱਡੇ ਸਾਇੰਟਿਸਟ ਪੈਦਾ ਕੀਤੇ ਦੁਨੀਆਂ ਦੇ ਵੱਡੇ ਸਾਇੰਟਿਸਟ ਉਹ ਹੋਏ ਹੈ ਜਿਹੜੇ ਖੇਤਾਂ ਨਾਲ ਜੁੜੇ ਹੋਏ ਸੀ ਬਹੁਤ ਬਹੁਤ ਵੱਡੇ ਸਾਇੰਟਿਸਟ ਤੋਂ ਖੇਤ ਇੰਨੀ ਛੋਟੀ ਚੀਜ਼ ਨਹੀਂ ਹੈ ਕਿਸਾਨ ਨੂੰ ਵੀ ਉਸ ਐਂਗਲ ਤੋਂ ਦੇਖਣਾ ਚਾਹੀਦਾ ਇਕੱਲਾ ਅੰਨਦਾਤਾ ਇਹ ਜਦੋਂ ਅੰਨਦਾਤਾ ਦੀ ਗੱਲ ਆਉਂਦੀ ਹੈ ਇਹ ਤੁਸੀਂ ਜਿਸ ਤਰ੍ਹਾਂ ਇਸ ਚੀਜ਼ ਨੂੰ ਐਕਸਪਲੇਨ ਕੀਤਾ ਹੈ ਬਿਲਕੁਲ ਇੱਕ ਕਿਸਮ ਦੇ ਤੁਸੀਂ ਕਹਿ ਲਓ ਸਾਡੀ ਸਾਰਿਆਂ ਦੀ ਹਰ ਇੱਕ ਚੀਜ਼ ਜੁੜੀ ਹੋਈ ਹੈ ਖੇਤਾਂ ਦੇ ਨਾਲ ਤੇ ਇਹ ਜੋ ਲੜਾਈ ਹੈਗੀ ਖੇਤਾਂ ਲਈ ਨਹੀਂ ਹੈਗੀ ਸਿਰਫ ਇਹ ਸਾਡੇ ਸਾਰਿਆਂ ਦੀ ਇੱਕ ਹਿਊਮਨ ਰਾਈਟਸ ਇੱਕ ਬੇਸਿਕ ਹਿਊਮਨ ਨੀਡਸ ਦੀ ਲੜਾਈ ਬਣ ਗਈ ਹੈ ਜਿੰਦੂ ਜੀ ਜ਼ਰੂਰ ਤੁਹਾਨੂੰ ਵਾਪਸ ਆ ਕੇ ਜਿਸ ਤਰ੍ਹਾਂ ਸਿਚੁਏਸ਼ਨ ਡਿਵੈਲਪ ਹੁੰਦੀ ਸਾਨੂੰ ਜੁੜ ਕੇ ਹੋਰ ਜਾਣਕਾਰੀ ਪ੍ਰੋਵਾਈਡ ਕਰਨੀ ਪੈਣੀ ਖਾਸ ਕਰਕੇ ਤੁਹਾਡੀ ਇਸ ਕਿਤਾਬ ਨੂੰ ਲੈ ਕੇ ਹਾਂਜੀ ਤੁਸੀਂ ਮੈਂ ਤਿੰਨੇ ਕਾਨੂੰਨ ਇਹਦੇ ਅੰਦਰ ਜਿਹੜੇ ਆ ਨਾ ਪਹਿਲਾ ਕਾਨੂੰਨ ਜਿਹੜਾ ਐਗਰੀਮੈਂਟਸ ਹੈ ਖੇਤੀ ਦੇ ਦੂਜਾ ਕਾਨੂੰਨ ਇਹਦੇ ਟਰੇਡ ਐਂਡ ਕਮਰਸ ਹੈ ਖੇਤੀ ਨੂੰ ਪਹਿਲੇ ਵਾਰੀ ਟਰੇਡ ਐਂਡ ਕਮਰਸ ਬਣਾਇਆ ਗਿਆ ਖੇਤੀ ਟਰੇਡ ਐਂਡ ਕਮਰਸ ਨਹੀਂ ਹੈ ਤੇ ਇਹ ਪਹਿਲੇ ਵਾਰੀ ਹੋਇਆ ਚੌਥਾ ਸੈਂਸੀਅਲ ਕਮਿਊਨਿਟੀ ਐਕਟ ਹੈ ਜਿਹਦੇ ਚ ਜਿਹਨੇ ਰੋਟੀ ਨਾਲੋਂ ਮਨੁੱਖ ਦਾ ਰਿਸ਼ਤਾ ਤੋੜਿਆ ਜਿਹਦੇ ਚ ਇਹ ਕਹਿਤਾ ਵੀ ਖਾਦ ਪਦਾਰਥ ਜਿਹੜੇ ਹੈ ਉਹ ਜ਼ਰੂਰੀ ਵਸਤੂ ਨਹੀਂ ਹੈ ਇਸ ਤੋਂ ਵੱਡੀ ਕੀ ਗੱਲ ਹੋਊਗੀ ਅਣਮਾਨਵੀ ਜਿਹੜਾ ਤੁਸੀਂ ਜਿਹਦੇ ਹੋਗਾ ਤੁਸੀਂ ਜ਼ਿੰਦਾ ਹੀ ਨਹੀਂ ਰਹਿ ਸਕਦੇ ਉਹਨੂੰ ਇਹ ਕਹਿ ਦਿੱਤਾ ਗਿਆ ਕਿ ਜ਼ਰੂਰੀ ਵਸਤੂ ਨਹੀਂ ਹੈ ਇਹ ਹੋਇਆ ਵੀ ਹਿਸਟਰੀ 'ਚ ਪਹਿਲੇ ਵਾਰੀ ਹੋਇਆ ਇਹ ਮੈਂ ਐਕਸਪਲੇਨ ਕੀਤੇ ਇਹਦੇ ਅੰਦਰ ਦੂਜੀ ਗੱਲ ਜਿਹੜੀ ਮੈਂ ਵਿਸ਼ੇਸ਼ ਤੌਰ 'ਤੇ ਕਹਿਣਾ ਚਾਹਾਂਗਾ ਕਿ ਇਸ ਲੜਾਈ ਦਾ ਜਿਹੜਾ 26 ਦੀ ਘਟਨਾ ਉਹਦਾ ਜਿਹੜਾ ਚੰਗਾ ਪੱਖ ਇਹ ਹੈ ਬਹੁਤ ਵਧੀਆ ਪੱਖ ਕਿ ਇਹਦੇ ਅੰਦਰ ਜਿਹੜੀ ਖੋਟ ਵੜੀ ਹੋਈ ਸੀ ਜਦੋਂ ਤੁਸੀਂ ਕਿਸੇ ਚੀਜ਼ ਨੂੰ ਭੱਠੀ 'ਚ ਪਾਉਂਦੇ ਹੋ ਨਾ ਤਾਂ ਫਿਰ ਉਹ ਸਾਰਾ ਜਿਹੜਾ ਕੂੜਾ ਕਬਾੜ ਮਤਲਬ ਜਿਹੜੀਆਂ ਉਹਦੇ 'ਚ ਮਾੜੀਆਂ ਚੀਜ਼ਾਂ ਹੁੰਦੀਆਂ ਉਹ ਸੜ ਜਾਂਦੀਆਂ ਅਤੇ ਜਿਹੜਾ ਕੁੰਦਨ ਹੈ ਉਹ ਰਹਿ ਜਾਂਦਾ ਹੈ ਇਸ ਲੜਾਈ ਦੇ ਅੰਦਰ ਜਿਹੜਾ 26 ਦੀ ਘਟਨਾ ਨੇ ਅਗਲੀ ਜਿਹੜੀ ਉਹ ਹੋਊਗੀ ਕੁੰਦਨ ਕੱਢਿਆ ਤੇ ਜਦੋਂ ਕੁੰਦਨ ਨਿਕਲੂਗਾ ਤਾਂ ਲੜਾਈ ਹੋਰ ਵੀ ਮਜ਼ਬੂਤ ਹੋ ਕੇ ਅੱਗੇ ਜਾਊਗੀ ਇਸ ਕਰਕੇ ਇਸ ਇਹਦੇ ਨਾਲ ਕੋਈ ਇਹ ਨਹੀਂ ਹੈ ਸਰਕਾਰ ਇਹ ਭੁੱਲ ਜਾਵੇ ਕਿ ਇਸ ਘਟਨਾ ਕਰਕੇ ਉਸ ਇਸ ਮੂਵਮੈਂਟ ਨੂੰ ਦਬਾ ਲੈਣਗੇ ਭੁੱਲ ਜਾਣ ਇਸ ਘਟਨਾ 'ਚ ਜਿਹੜੇ ਸਾਰੇ ਇਸ ਤਰ੍ਹਾਂ ਦੇ ਐਲੀਮੈਂਟ ਸੀ ਉਹ ਬਾਹਰ ਜਾਣਗੇ ਉਹਨਾਂ ਦੀ ਪਛਾਣ ਹੋਊਗੀ ਕਲੀਅਰ ਕੱਟ ਪਛਾਣ ਹੋ ਗਿਆ ਤੇ ਸਰਕਾਰ ਦਾ ਚਰਿੱਤਰ ਕੀ ਹੈ ਉਹਦਾ ਪਤਾ ਲੱਗ ਥੈਂਕ ਯੂ ਸੋ ਮਚ ਸਰਦਾਰ ਜੋਗਿੰਦਰ ਸਿੰਘ ਜਿੰਦੂ ਜੀ ਤੁਹਾਡੇ ਟਾਈਮ ਲਈ ਤੁਹਾਡੀ ਜਾਣਕਾਰੀ ਲਈ ਤੇ ਇਸ ਕਿਤਾਬ ਨੂੰ ਜੋ ਤੁਸੀਂ ਲਿਖਿਆ ਇੰਨੇ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਇਹਦੇ 'ਚ ਪਾਈ ਹੈ ਇਹਦੇ ਲਈ ਇੱਕ ਵਾਰੀ ਫਿਰ ਥੈਂਕ ਯੂ ਸੋ ਮਚ ਜ਼ਰੂਰ ਤੁਸੀਂ ਵਾਪਸ ਆ ਕੇ ਸਾਡੇ ਨਾਲ ਹੋਰ ਅਪਡੇਟ ਸ਼ੇਅਰ ਕਰੋ ਹੁਣ ਸਾਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਤੇ ਮੈਂ ਵਿਊਅਰਸ ਨੂੰ ਦੱਸਣਾ ਚਾਹੁੰਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ ਇੱਕ ਹੋਰ ਗੈਸਟ ਨੂੰ ਲੈ ਕੇ ਤੇ ਤੁਹਾਡੀ ਕਾਲਸ ਵੀ ਲਵਾਂਗੇ ਜ਼ਰੂਰ ਤੁਸੀਂ ਲਾਈਵ ਸਾਡੇ ਨਾਲ ਜੁੜ ਸਕਦੇ ਹੋ ਆਈ ਨੋ ਮੈਂ ਤੁਹਾਡੇ ਨਾਲ ਰਿਕਾਰਡਡ ਪ੍ਰੋਗਰਾਮ ਪੇਸ਼ ਕਰ ਰਹੀ ਹਾਂ ਬਟ ਅੱਜ ਮੈਂ ਸੋਚਿਆ ਤੁਹਾਡੇ ਨਾਲ ਗੱਲ ਕਰਨੀ ਚਾਹੀਦੀ ਹੈ ਅਗਰ ਤੁਸੀਂ ਕੋਈ ਡਾਇਰੈਕਟਲੀ ਸਵਾਲ ਕਰਨਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਇਹ ਸਿਚੁਏਸ਼ਨ ਇੱਥੇ ਔਨ ਦ ਗਰਾਊਂਡ ਡਿਵੈਲਪ ਹੋ ਰਹੀ ਹੈ ਮੈਂ ਹਾਜ਼ਰ ਹਾਂ ਤੁਹਾਡੇ ਲਈ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕੋਈ ਵੀ ਤੁਹਾਡੇ ਕੁਐਸਚਨਸ ਇੱਥੇ ਦੇ ਇਵੈਂਟਸ ਨੂੰ ਲੈ ਕੇ ਤੁਸੀਂ ਰੱਖਣਾ ਚਾਹੁੰਦੇ ਤੁਸੀਂ ਰੱਖ ਸਕਦੇ ਹੋ ਤੇ ਜਿੱਥੇ ਦਿੱਲੀ ਪੁਲਿਸ ਦਾ ਰਿਐਕਸ਼ਨ ਸਰਕਾਰ ਦੀ ਅਗਲੀ ਤੁਸੀਂ ਕਹਿ ਲਓ ਨੀਤੀ ਕੀ ਹੋਵੇਗੀ ਇਸ ਅੰਦੋਲਨ ਤੇ 26 ਜਨਵਰੀ ਦੇ ਇਵੈਂਟਸ ਤੋਂ ਬਾਅਦ ਉਹਦੀ ਗੱਲ ਹੋ ਰਹੀ ਹੈ ਸਾਡੇ ਨਾਲ ਜੁੜੇ ਹਨ ਹੁਣ ਐਡਵੋਕੇਟ ਹਰਚੰਦ ਸਿੰਘ ਭਾਟ ਜੀ ਸਭ ਤੋਂ ਪਹਿਲੇ ਭਾਟ ਸਾਹਿਬ ਤੁਹਾਡੇ ਪ੍ਰੋਗਰਾਮ ਦੇ ਵਿੱਚ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਵੈਰੀ ਮਚ
ਭੱਟ ਜੀ ਤੁਸੀਂ ਸੀਨੀਅਰ ਐਡਵੋਕੇਟ ਹੈਗੇ ਹਾਈ ਕੋਰਟ ਦੇ ਵਿੱਚ ਤੁਹਾਡਾ ਤਜਰਬਾ ਰਿਹਾ ਕਿੰਨੇ ਸਾਲਾਂ ਦਾ ਅਪਡੇਟਸ ਆ ਸਾਡੇ ਵਿਊਅਰਸ ਕੋਲ ਹੈਗੀਆਂ ਕੀ ਕੁਝ ਵਾਪਰਿਆ ਦਿੱਲੀ ਦੇ ਵਿੱਚ ਤੇ ਕੀ ਉਹ ਚੀਜ਼ਾਂ ਕਿਉਂ ਹੋਈਆਂ ਇਹਦੇ ਬਾਰੇ ਵੀ ਆਪਾਂ ਥੋੜੀ ਜਿਹੀ ਗੱਲ ਕੀਤੀ ਹੈ ਬਟ ਹੁਣ ਮੈਂ ਗੱਲ ਤੁਹਾਡੇ ਨਾਲ ਕਰਨਾ ਚਾਹੁੰਦੀ ਕਿ ਅੱਗੇ ਕੀ ਹੋਵੇਗਾ ਜਿੱਥੇ ਕਿਸਾਨ ਆਗੂਆਂ ਨੂੰ ਤੇ ਮੈਂ ਕਹਾਂਗੀ ਜਿੱਥੇ ਬੰਦੀਆਂ ਨੂੰ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਪਰਚੇ ਦਰਜ ਕੀਤੇ ਗਏ ਐਫ ਆਈ ਆਰਸ ਦਰਜ ਕੀਤੀਆਂ ਗਈਆਂ ਉੱਥੇ ਇੱਕ ਕਾਨੂੰਨੀ ਤੌਰ ਤੇ ਕੀ ਉਹਨਾਂ ਦਾ ਨੈਕਸਟ ਸਟੈਪ ਹੋਣਾ ਚਾਹੀਦਾ ਤੇ ਕੀ ਕਾਨੂੰਨੀ ਤੌਰ ਤੇ ਇਸ ਅੰਦੋਲਨ ਤੇ ਇੰਪੈਕਟ ਹੋਏਗਾ ਇਨ ਪਰਚਿਆਂ ਦਾ ਦੇਖੋ ਜੀ ਤੁਹਾਡਾ ਸਵਾਲ ਜਿਹੜਾ ਬਹੁਤ ਹੀ ਰੈਲੇਵੈਂਟ ਹੈ ਔਰ ਜਿੱਥੇ ਵੀ ਸਾਡੇ ਸਰੋਤੇ ਬੈਠੇ ਨੇ ਉਹ ਜਿਹੜੇ ਆ ਉਹਨਾਂ ਦੇ ਲਈ ਵੀ ਇਹ ਬਿਲਕੁਲ ਚਿੰਤਾ ਵਾਲਾ ਇਸ਼ੂ ਹੈ ਜਿੱਥੋਂ ਤੱਕ ਮੈਂ ਸਮਝਦਾ ਹਾਂ ਕਿ ਇਹ ਜਿਹੜਾ ਨਾ ਦੋ ਇਹਨਾਂ ਦਾ ਜਿਹੜਾ ਵਾ ਦੋ ਮੇਨ ਇਹਨਾਂ ਦੇ ਓਬਜੈਕਟ ਹੈ ਟਾਰਗੇਟ ਹੈ ਇਹਨਾਂ ਐਫ ਆਈ ਆਰ ਨੂੰ ਦਰਜ ਕਰਨ ਦੇ ਲਈ ਪਹਿਲਾ ਤਾਂ ਟਾਰਗੇਟ ਇਹ ਹੈ ਕਿ ਹੁਣ ਤੱਕ ਉਹ ਇਸ ਅੰਦੋਲਨ ਨੂੰ ਜਿਹੜਾ ਵਾ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਰਹੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰ ਉਹ ਕਾਮਯਾਬ ਨਹੀਂ ਸੀ ਹੋ ਸਕੇ ਇਹ ਹੁਣ ਜਿਹੜਾ ਦਿੱਲੀ ਪੁਲਿਸ ਨੂੰ ਇੱਕ ਬਹਾਨਾ ਮਿਲਿਆ ਇਸ ਬਹਾਨੇ ਦੇ ਨਾਲ ਪੂਰੇ ਦਾ ਪੂਰਾ ਜਿਹੜਾ ਟਾਰਗੇਟ ਹੈ ਉਹ ਸਾਰੇ ਕਿਸਾਨੀ ਨੂੰ ਬਣਾ ਰਹੇ ਨੇ ਸਾਰੀ ਕਿਸਾਨਾਂ ਦੀ ਲੀਡਰਸ਼ਿਪ ਨੂੰ ਬਣਾ ਰਹੇ ਨੇ ਔਰ ਇੱਕ ਬਲੇਮ ਗੇਮ ਜਿਹੜੀ ਹੈ ਉਹ ਮਤਲਬ ਬਦਨਾਮ ਕਰਨ ਦੇ ਲਈ ਪੂਰਾ ਇੱਕ ਜਿਹੜਾ ਉਹਨਾਂ ਨੂੰ ਐਫ ਆਈ ਆਰ ਦਰਜ ਕਰਕੇ ਮੌਕਾ ਮਿਲੇਗਾ ਕਿ ਦੇਖੋ ਇਹ ਲੋਕ ਜਿਹੜੇ ਆ ਇਹ ਕ੍ਰਿਮੀਨਲ ਆ ਜਿਨ੍ਹਾਂ ਦੇ ਵਿੱਚ ਐਫ ਆਈ ਆਰ ਦਰਜ ਆ 307 ਵੀ ਹੈ ਮੀਨਸ ਅਟੈਂਪਟ ਟੂ ਮਰਡਰ ਹੈ 353 186 ਜਿਹੜੇ ਗਵਰਨਮੈਂਟ ਓਬਸਟ੍ਰਕਸ਼ਨ ਇਨ ਗਵਰਨਮੈਂਟ ਸਰਵੈਂਟ ਦੇ ਡਿਊਟੀ ਔਰ ਨਾਲ ਦੀ ਨਾਲ 147 148 ਅਨਲਾਫੁਲ ਅਸੈਂਬਲੀ ਔਰ ਇਸ ਤੋਂ ਵੀ ਅੱਗੇ ਹੋਰ ਬਹੁਤ ਸਾਰੀਆਂ ਧਰਾਵਾਂ ਨੇਗੀਆਂ ਰੋਬਰੀ ਵਰਗੀਆਂ ਜਿਹੜੀਆਂ ਵਾ ਉਹ ਸੈਕਸ਼ਨ ਜਿਹੜੇ ਫੈਂਸ ਹੈ ਉਹ ਇਹਦੇ ਵਿੱਚ ਬਣਾਇਆ ਗਿਆ ਇਸ ਕਰਕੇ ਪਹਿਲਾ ਉਹਨਾਂ ਦਾ ਇਹ ਟਾਰਗੇਟ ਹੈ ਕਿ ਇਸ ਸੰਘਰਸ਼ ਨੂੰ ਇਸ ਪ੍ਰੋਟੈਸਟ ਨੂੰ ਜਿਹੜਾ ਪੀਸਫੁਲ ਚੱਲ ਰਿਹਾ ਸੀ ਲਾਰਜਲੀ ਪੀਸਫੁਲ ਚੱਲ ਰਿਹਾ ਸੀ ਅਜੇ ਵੀ ਪੀਸਫੁਲ ਹੈ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਸੈਕੰਡ ਹੈ ਕਿ ਜਿੰਨੀ ਵੀ ਕਿਸਾਨ ਲੀਡਰਸ਼ਿਪ ਹੈ ਦੇਖੋ ਉਹ ਲੋਕ ਜਿਹੜੇ ਆ ਬਹੁਤ ਜਗ੍ਹਾ ਦੇ ਉੱਤੇ ਹੈ ਵੀ ਨਹੀਂ ਸੀ ਦੇ ਵਰ ਨੈਵਰ ਪਰਸਨਲੀ ਇਨਵੋਲਵਡ ਉਹਨਾਂ ਨੇ ਕੋਈ ਵੀ ਜਿਹੜੀ ਹੈ ਕਿਸੇ ਪੁਲਿਸ ਅਫੀਸ਼ੀਅਲ ਨੂੰ ਆਪਣੇ ਡਿਊਟੀ ਕਰਨ ਤੋਂ ਨਹੀਂ ਰੋਕਿਆ ਜਿੰਨੇ ਕਿਸਾਨ ਲੀਡਰਸ਼ਿਪ ਹੈ ਜਿਨ੍ਹਾਂ ਦੇ ਨਾਂ ਇਸ ਐਫ ਆਈ ਆਰ ਦੇ ਵਿੱਚ ਦਰਜ ਨੇ ਉਹਨਾਂ ਨੇ ਕਿਤੇ ਵੀ ਜਿਹੜਾ ਵਾ ਕਿਸੇ ਨੂੰ ਜਿਹੜਾ ਹੈ ਉਹ ਪ੍ਰਵੋਕ ਨਹੀਂ ਕੀਤਾ ਇੰਸਟੀਗੇਟ ਨਹੀਂ ਕੀਤਾ ਕਿ ਤੁਸੀਂ ਇਹ ਕੰਮ ਕਰੋ ਜਿਨ੍ਹਾਂ ਦੇ ਨਾਂ ਨੇ ਉਹਨਾਂ ਤੋਂ ਇੱਕ ਦੋ ਨਹੀਂ ਛੱਡ ਗਏ ਇਸ ਕਰਕੇ ਉਹਨਾਂ ਸਾਰਿਆਂ ਨੂੰ ਜਿਹੜਾ ਵਾ ਟਾਰਗੇਟ ਕੀਤਾ ਜਾ ਰਿਹਾ ਕਿ ਤੁਹਾਨੂੰ ਅਸੀਂ ਜਿਹੜਾ ਵਾ ਨੰਬਰ ਆਫ ਐਫ ਆਈ ਆਰ ਕੇਸਾਂ ਦੇ ਵਿੱਚ ਜਿਹੜਾ ਇੰਪਲੀਕੇਟ ਕਰਾਂਗੇ ਔਰ ਉਹਦੇ ਵਿੱਚ ਜਿਹੜੇ ਜਿਹੜੇ ਨਤੀਜੇ ਆ ਕੌਨਸੀਕੁਐਂਸਿਸ ਹੈ ਉਹ ਤੁਹਾਡੇ ਸਾਹਮਣੇ ਹੋਣਗੇ ਇਸ ਕਰਕੇ ਇਹ ਦੋ ਜਿਹੜੇ ਟਾਰਗੇਟ ਲੈ ਕੇ ਦੋ ਪਰਪਸ ਨੂੰ ਲੈ ਕੇ ਇਹ ਜਿਹੜੀਆਂ ਐਫ ਆਈ ਆਰ ਦਰਜ ਜਿਹੜੀਆਂ ਕੀਤੀਆਂ ਗਈਆਂ ਨੇ ਹਾਲਾਂਕਿ ਇਹਦੇ ਵਿੱਚ ਜਿਹੜਾ ਵਾ ਐਫ ਆਈ ਆਰ ਹੈ ਜਿਹੜੀ ਕੋਰਟ ਦੇ ਵਿੱਚ ਜਾ ਕੇ ਟਿਕਣੀ ਨਹੀਂ ਹੈ ਇਟ ਵਿਲ ਨੋਟ ਸਸਟੇਨ ਕਿਉਂਕਿ ਜਿਹੜੇ ਇਨਗਰੀਡੀਅੰਟਸ ਓਫੈਂਸ ਦੇ ਹੈ ਉਹ ਇਨਗਰੀਡੀਅੰਟਸ ਇਹਨਾਂ ਕਿਸਾਨ ਆਗੂਆਂ ਤੇ ਬਿਲਕੁਲ ਨਹੀਂ ਬਣਦੇ ਹੈ ਪਰ ਉਹ ਤਾਂ ਬਾਅਦ ਦੀ ਗੱਲ ਹੈ ਕਿ ਕੋਰਟ ਦੇ ਵਿੱਚ ਜਾਏਗੀ ਕੋਰਟ ਪੁੱਛਣਗੇ ਵੀ ਹਾਂ ਦੱਸੋ ਕੀ ਸਪੈਸੀਫਿਕਲੀ ਜਿਹੜਾ ਵਾ ਐਸ ਏ ਬੀ ਸੀ ਵਿਦਆਊਟ ਨੇਮਿੰਗ ਐਨੀ ਵਨ ਕੀ ਇਹਨਾਂ ਦੇ ਖਿਲਾਫ਼ ਤੁਹਾਡੇ ਕੋਲ ਜਿਹੜੀ ਐਵੀਡੈਂਸ ਹੈ ਉਹ ਇੱਕ ਬਾਅਦ ਦੀ ਗੱਲ ਹੈ ਪਰ ਹਾਲ ਦੀ ਘੜੀ ਜਿਹੜਾ ਹੈ ਉਹਨਾਂ ਨੂੰ ਇੱਕ ਮੌਕਾ ਮਿਲਿਆ ਕਿ ਇਸ ਕਿਸਾਨ ਲੀਡਰਸ਼ਿਪ ਤੇ ਪ੍ਰੈਸ਼ਰ ਵੀ ਪਾਇਆ ਜਾਵੇ ਤੇ ਦੂਸਰਾ ਉਹਨਾਂ ਨੂੰ ਜਿਹੜਾ ਬਦਨਾਮ ਕਰਕੇ ਕਿਸਾਨ ਪੂਰੀ ਦੀ ਪੂਰੀ ਮੂਵਮੈਂਟ ਨੂੰ ਜਿਹੜਾ ਬਦਨਾਮ ਕੀਤਾ ਜਾ ਸਕੇ ਜਿੱਥੋਂ ਤੱਕ ਦੂਸਰੀ ਗੱਲ ਹੈ ਕਿ ਇਹ ਤਾਂ ਜਿਹੜਾ ਇੱਕ ਨੰਗਾ ਸੱਚ ਜਿਹਨੂੰ ਕਹਿੰਦੇ ਆ ਉਹ ਸਾਹਮਣੇ ਆ ਰਿਹਾ ਕਿ ਦੇਖੋ ਉਸ ਏਰੀਏ ਦੇ ਵਿੱਚ ਜਿੱਥੇ ਵਾਇਲੈਂਸ ਹੋਈ ਹੈ ਜਿੱਥੇ ਅਨਫੋਰਚੁਨੇਟ ਘਟਨਾਵਾਂ ਹੋਈਆਂ ਨੇ ਉੱਥੇ ਤਾਂ ਇੰਨੀ ਸਿਕਿਉਰਿਟੀ ਨੋਰਮਲ ਹਾਲਤਾਂ ਦੇ ਵਿੱਚ ਹੀ ਹੁੰਦੀ ਹੈ ਕਿ ਕੋਈ ਬੰਦਾ ਉੱਥੇ ਜਾ ਨਹੀਂ ਸਕਦਾ ਹੈ ਔਰ ਇਹ ਤਾਂ 26 ਜਨਵਰੀ ਸੀ ਉਸ ਦਿਨ ਤਾਂ ਬਹੁਤ ਵੱਡੀ ਸਿਕਿਉਰਿਟੀ ਸੀ ਔਰ ਇਹਨਾਂ ਨੂੰ ਜਿਹੜੀ ਇੰਟੈਲੀਜੈਂਸ ਏਜੰਸੀਜ਼ ਨੇ ਉਹਨਾਂ ਨੂੰ ਸਭ ਪਤਾ ਸੀ ਕਿ ਕੌਣ ਲੋਕ ਜਿਹੜੇ ਆ ਸ਼ਰਾਰਤ ਕਰ ਸਕਦੇ ਇਹ ਤਾਂ ਸ਼ੁਰੂ ਤੋਂ ਹੀ ਸਵੇਰ ਤੋਂ ਹੀ ਕੁਝ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਹੋ ਗਈਆਂ ਸੀ ਫਿਰ ਨੰਬਰ 1 ਇਹਨਾਂ ਪ੍ਰੀਕਾਸ਼ਨ ਕਿਉਂ ਨਹੀਂ ਲਾਇਆ ਨੰਬਰ 2 ਉੱਥੇ ਅਲਾਓ ਕਿਵੇਂ ਕੀਤਾ ਇਸ ਤੋਂ ਲੱਗਦਾ ਕਿ ਇਹਨਾਂ ਦੀ ਸਹਿਮਤੀ ਇਸ ਗੱਲ ਦੇ ਵਿੱਚ ਸੀ ਇੱਕ ਉਹ ਆਪਣਾ ਜਿਹੜਾ ਪ੍ਰਾਪਤ ਕਰਨਾ ਚਾਹੁੰਦੇ ਸੀ ਟੀਚਾ ਪ੍ਰਾਪਤ ਕਰਨਾ ਚਾਹੁੰਦੇ ਸੀ ਬਦਨਾਮ ਕਰਨ ਦੇ ਲਈ ਤੇ ਉਹਦਾ ਕਰਕੇ ਉਹਨਾਂ ਨੂੰ ਜਿਹੜਾ ਮੌਕਾ ਦਿੱਤਾ ਗਿਆ ਉਹਨਾਂ ਨੂੰ ਮੌਕਾ ਮਿਲਿਆ ਜਿਹੜਾ ਹੁਣ ਤੱਕ ਨਹੀਂ ਸੀ ਹੈ ਔਰ ਉਹਦਾ ਜਿਹੜਾ ਨੈਗੇਟਿਵ ਇਫੈਕਟ ਜਿਹੜਾ ਥੋੜਾ ਪਿਆ ਮੈਂ ਤੁਹਾਨੂੰ ਆਪ ਦੱਸਣਾ ਚਾਹੂੰਗਾ ਮੈਂ ਵੀ ਇਹਨਾਂ ਦੋਨਾਂ ਦਿਨਾਂ ਦੇ ਵਿੱਚ 25 ਔਰ 26 ਨੂੰ ਦਿੱਲੀ ਦੇ ਵਿੱਚ ਸੀ ਔਰ ਜਦੋਂ ਅਸੀਂ ਤੜਕੇ 26 ਨੂੰ ਵਾਪਸ ਆ ਰਹੇ ਸੀ ਤਾਂ ਇੱਕ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਜਿਹੜੇ ਪਾਰਟਿਸਪੇਟ ਕਰਨ ਗਏ ਸੀ ਉਹ ਵਾਪਸ ਜਿਹੜੇ ਆ ਪਰਤਣੇ ਸ਼ੁਰੂ ਹੋ ਗਏ
इस गल नूं लैके कि कोई आम आदमी जिहड़ा वा ओह वायलेंस नहीं चाहुंदा, शायद ओह अंदर लोक बहुते जदों उहनां नूं पता लग्गा कि घटनावां हो गईआं 12-1 बजे तां ओह अंदर जाण दी बजाय शायद वापस जिहड़े आ मुड़ने शुरू हो गए, क्योंकि किसान लीडरशिप ने कहा सी कि बिल्कुल पीसफुल होएगा, पर ओह जिहड़ा अनफॉर्चुनेट होईआं ओहदा शायद ਥੋੜਾ ਨੈਗੇਟਿਵ ਇਫੈਕਟ ਪਏਗਾ। ਪਰ ਮੈਨੂੰ ਉਮੀਦ ਹਰਚੰਦ ਜੀ ਤੁਸੀਂ ਇੱਕ ਬਹੁਤ ਇੱਥੇ ਇੰਪੋਰਟੈਂਟ ਪੁਆਇੰਟ ਰੇਜ਼ ਕੀਤਾ ਹੈ। ਜਦੋਂ 12-1 ਵਜੇ ਰਾਤ ਨੂੰ ਪਤਾ ਲੱਗਿਆ ਕਿ ਚੀਜ਼ਾਂ ਕਿਸ ਤਰ੍ਹਾਂ ਡਿਵੈਲਪ ਹੋ ਰਹੀਆਂ ਸੀ, ਇੱਥੇ ਜ਼ਰੂਰ ਮੈਂ ਤੁਹਾਡੇ ਤੋਂ ਪੁਆਇੰਟ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਇੱਥੇ ਸੀਗੇ, ਕਮਿਊਨੀਕੇਸ਼ਨ ਦੀ ਸਾਰੀ ਲਾਈਨਸ ਨੂੰ ਕੱਟ ਕੀਤਾ ਗਿਆ, ਉਹਦਾ ਕੀ ਰੋਲ ਹੋ ਸਕਦਾ ਹੈ ਇਸ ਚੀਜ਼ ਦੇ ਵਿੱਚ? ਕਿਉਂਕਿ ਉਹ ਤਾਂ ਕਲੀਅਰਲੀ ਸਰਕਾਰੀ ਇੱਕ ਮੂਵ ਸੀਗੀ, ਰਿਟਨ ਡਾਕੂਮੈਂਟ ਅਮਿਤ ਸ਼ਾਹ ਤੋਂ ਸਰਕੂਲੇਟ ਹੋ ਰਿਹਾ ਜਿਹਦੇ ਚ ਉਹਨਾਂ ਨੇ ਕਿਹਾ ਕਿ ਇੰਟਰਨੈਟ 2026 ਦੀ ਮਿਡਨਾਈਟ ਤੱਕ ਬੰਦ ਰਹੂਗਾ, ਐਂਡ ਉਸ ਤੋਂ ਬਾਅਦ ਉਹਨਾਂ ਨੇ ਉਸ ਚੀਜ਼ ਨੂੰ ਐਕਸਟੈਂਡ ਕੀਤਾ ਬਾਰਡਰ ਸਾਈਟਸ ਤੇ ਅਗਲੇ ਦਿਨ 5 ਵਜੇ ਤੱਕ। ਸੋ ਇਹਨੂੰ ਲੈ ਕੇ ਤੁਹਾਡਾ ਕੀ ਖਿਆਲ? ਮੇਰਾ ਖਿਆਲ ਹੈ ਕਿ ਇਹ ਵੀ ਇੱਕ ਜਿਹੜਾ ਵਾ ਉਹਨਾਂ ਨੇ ਆਪਦਾ ਪਲੈਨਡ ਤਰੀਕੇ ਦੇ ਨਾਲ ਜਿਹੜਾ ਉਹਨਾਂ ਦੀ ਪਲਾਨ ਸੀ ਉਹਦੇ ਮੁਤਾਬਕ ਹੀ ਕੀਤਾ ਗਿਆ, ਕਿ ਬਜਾਏ ਇਸ ਗੱਲ ਦੇ ਕਿ ਲੋਕਾਂ ਨੂੰ ਜਿਹੜੀ ਸਹੀ ਇਨਫੋਰਮੇਸ਼ਨ ਜਾ ਸਕੇ, ਲੋਕਾਂ ਦੇ ਵਿੱਚ ਕਮਿਊਨੀਕੇਸ਼ਨ ਕਿਸਾਨ ਲੀਡਰਸ਼ਿਪ ਕਰ ਸਕਣ ਕਿ ਇਹੋ ਜਿਹੀ ਜਿਹੜੀ ਕੋਈ ਗੱਲ ਹੋ ਰਹੀ ਆ ਇਹਦੇ ਤੋਂ ਜਿਹੜਾ ਤੁਸੀਂ ਆਪਣੇ ਆਪ ਨੂੰ ਕਿਸੇ ਤਰ੍ਹਾਂ ਲਿੰਕ ਨਾ ਕਰੋ, ਔਰ ਇਹ ਜਿਹੜਾ ਵਾ ਕਿਸਾਨ ਜਥੇਬੰਦੀਆਂ ਜਿਹੜੀਆਂ ਮੈਜੋਰਟੀ ਕਿਸਾਨ ਜਥੇਬੰਦੀਆਂ ਦੇ ਉਹਨਾਂ ਦਾ ਕੋਈ ਇਹੋ ਜਿਹਾ ਜਿਹੜਾ ਵਾ ਉਹ ਪਲੈਨ ਨਹੀਂ ਹੈ, ਇਹੋ ਜਿਹੀ ਗੱਲ ਦੇ ਵਿੱਚ ਇਨਵੋਲਵਮੈਂਟ ਨਹੀਂ ਹੈ। ਤੇ ਤੁਸੀਂ ਜਿਹੜਾ ਪੀਸਫੁਲ ਰਹੋ, ਜਿਹੜੀਆਂ ਕਿਸਾਨ ਜਥੇਬੰਦੀਆਂ ਆਪਣੇ ਕਾਡਰ ਨੂੰ ਕਮਿਊਨੀਕੇਟ ਕਰਕੇ ਕਹਿ ਸਕਦੀਆਂ ਸੀ ਕਿ ਬਿਲਕੁਲ ਪੀਸਫੁਲ ਰਹਿਣਾ, ਹੋਰ ਵੀ ਪੀਸਫੁਲ ਰਹਿਣਾ, ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਉਹ ਤੁਸੀਂ ਬਹਿਕਾਵੇ ਦੇ ਵਿੱਚ ਨਹੀਂ ਆਉਣਾ, ਉਹ ਜਿਹੜੀ ਇੱਕ ਲਾਈਨ ਕੱਟ ਕੇ ਸ਼ਾਇਦ ਜਿਹੜਾ ਇਸੇ ਪਾਸੇ ਵੱਲ ਨੂੰ ਕਿਸਾਨਾਂ ਨੂੰ ਜਿਹੜਾ ਹੈ ਉਹਨਾਂ ਨੇ ਨਕਾਰਾ ਕਰਨ ਦੇ ਲਈ, ਉਹਨਾਂ ਕਮਿਊਨੀਕੇਸ਼ਨ ਨੂੰ ਨਕਾਰਾ ਕਰਨ ਲਈ, ਡੈਮੇਜ ਕਰਨ ਲਈ ਇਹ ਚੀਜ਼ਾਂ ਜਿਹੜੀਆਂ ਚੁੱਕੀਆਂ, ਜਿਹਦਾ ਕਿ ਕੋਈ ਫਾਇਦਾ ਨਹੀਂ ਸੀ ਅਦਰਵਾਈਜ਼ ਹੋਣ ਵਾਲਾ, ਕਿਉਂਕਿ ਇੰਨੇ ਚਿਰ ਤੋਂ ਲੋਕ ਬੈਠੇ ਨੇ ਔਰ ਕਿਸਾਨ ਲੀਡਰਸ਼ਿਪ ਦੀ ਪੂਰੀ ਗ੍ਰਿਪ ਹੈ, ਨਥਿੰਗ ਹੈਜ਼ ਹੈਪਨ। ਤੋ ਇਸ ਕਰਕੇ ਮੇਰਾ ਖਿਆਲ ਹੈ ਕਿ ਇਹਦਾ ਵੀ ਇੱਕ ਨੈਗੇਟਿਵ ਇਫੈਕਟ ਹੋਇਆ, ਸ਼ਾਇਦ ਏਜੰਸੀਆਂ ਦੀ ਔਰ ਗਵਰਨਮੈਂਟ ਦੀ ਇੱਕ ਸੋਚੀ ਸਮਝੀ ਸਾਜਿਸ਼ ਇਹ ਹੋਵੇ ਜੀ। ਤੇ ਹੁਣ ਨੈਕਸਟ ਕੀ ਤੁਹਾਡੇ ਖਿਆਲ ਚ ਇਹ ਚੀਜ਼ ਤੇ ਕਿਸ ਤਰ੍ਹਾਂ ਇਹ ਚੀਜ਼ ਡਿਵੈਲਪ ਹੋਏਗੀ? ਫਰਵਰੀ 1 ਤਰੀਕ ਦੀ ਮਾਰਚ ਨੂੰ ਲੈ ਕੇ ਕੁਝ ਅਪਡੇਟਸ ਆਈਆਂ ਹਨ ਕਿ ਕਿਸਾਨ ਆਗੂਆਂ ਨੇ ਕਿਹਾ ਕਿ ਸਿਰਫ ਸਾਡੇ ਵੱਲੋਂ ਇੱਕ ਵਾਕਿੰਗ ਮਾਰਚ ਹੋਏਗੀ, ਟਰੈਕਟਰਸ ਦੀ ਰੈਲੀ ਨਹੀਂ ਹੋਏਗੀ। ਸੋ ਇਸ ਚੀਜ਼ ਨੂੰ ਲੈ ਕੇ ਤੁਹਾਨੂੰ ਲੱਗਦਾ ਕੀ ਹੋਏਗਾ? ਆਈ ਮੀਨ ਉਹਨਾਂ ਦੇ ਸਿਰ ਤੇ ਪਰਚੇ ਵੀ ਹੈਗੇ, ਤੁਹਾਨੂੰ ਲੱਗਦਾ ਕਿ ਕਿਸੇ ਕਿਸਮ ਦੇ ਅਰੈਸਟ ਆਪਾਂ ਐਕਸਪੈਕਟ ਕਰ ਸਕਦੇ ਹਾਂ? ਕੀ ਸਾਨੂੰ ਐਕਸਪੈਕਟ ਕਰਨਾ ਚਾਹੀਦਾ ਆਉਣ ਵਾਲੇ ਦਿਨਾਂ ਦੇ ਵਿੱਚ? ਦੇਖੋ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਅਨਫਾਰਚੂਨੇਟ ਜਿਹੜੀ ਆ ਘਟਨਾਵਾਂ ਹੋਈ ਆ ਜਿਹਦੇ ਇੱਕ ਨੈਗੇਟਿਵ ਮੈਸੇਜ ਗਿਆ, ਨੈਗੇਟਿਵ ਇੰਪੈਕਟ ਗਿਆ, ਉਹ ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਮਤਲਬ ਕਿਸਾਨ ਦੇ ਤੌਰ ਤੇ ਚਾਹੇ ਕਿਸੇ ਧਰਮ ਨੂੰ, ਮਜ਼ਹਬ ਨੂੰ, ਜਾਤ ਨੂੰ, ਕਿਸੇ ਏਰੀਏ ਨੂੰ ਬਿਲੋਂਗ ਕਰਦੇ ਸੀ, ਜਿਹੜੇ ਉਹ ਇਕੱਠੇ ਇੱਕ ਯੂਨਿਟੀ ਦੇ ਵਿੱਚ ਖੜੇ ਸੀ, ਇਸ ਚੀਜ਼ ਦੇ ਨਾਲ ਜਿਹੜਾ ਉਹ ਥੋੜਾ ਜਿਹਾ ਇਸ ਦਾ ਜਿਹੜਾ ਨੈਗੇਟਿਵ ਇੰਪੈਕਟ ਜ਼ਰੂਰ ਜਿਹੜਾ ਇੱਕ ਮੈਸੇਜ ਗਿਆ। ਔਰ ਉਸ ਮੈਸੇਜ ਨੂੰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕੁਝ ਲੋਕਾਂ ਦੇ ਵਿੱਚ ਵੀ ਹੋਇਆ ਕਿ ਜਿਹੜੇ ਪਿੱਛੇ ਪਰਤ ਨੇ ਜਿਹੜੇ ਇੰਨੇ ਉਤਸ਼ਾਹ ਨਾਲ ਅੱਗੇ ਨੂੰ ਜਾ ਰਹੇ ਸੀ, ਉਹ ਕੁਝ ਇੱਕ ਸੈਕਸ਼ਨ ਜਿਹੜਾ ਵਾ ਉਹ ਵਾਪਸ ਆਉਣ ਵਾਲੀ ਗੱਲ ਸੀ। ਇਸ ਦੇ ਲਈ ਕਿਸਾਨ ਲੀਡਰਸ਼ਿਪ ਨੂੰ ਥੋੜਾ ਟਾਈਮ ਲੱਗੇਗਾ ਇਹ ਸਾਰੇ ਕੁਝ ਨੂੰ ਕੰਟਰੋਲ ਕਰਨ ਦੇ ਲਈ, ਔਰ ਉਹਨਾਂ ਨੇ ਇਹ ਸਾਰਾ ਕੁਝ ਵਿਚਾਰ ਕੇ ਇਹ ਕੀਤਾ ਕਿ ਹਾਲ ਦੀ ਘੜੀ ਅਸੀਂ ਜਿਹੜਾ ਵਾ ਲੋਕਾਂ ਦੇ ਵਿੱਚ ਕੌਨਫੀਡੈਂਸ ਬਿਲਡਿੰਗ ਕਰੀਏ, ਬਿਲਡ ਕਰੀਏ ਜਿਵੇਂ ਕਿ ਪਹਿਲਾਂ ਸੀ, ਇੱਕ ਮੈਸੇਜ ਯੂਨਿਟੀ ਦਾ ਜਾਵੇ। ਤੇ ਇਹ ਜਿਹੜਾ 1 ਫਰਵਰੀ ਦਾ ਉਹਨਾਂ ਪਾਰਲੀਮੈਂਟ ਵੱਲ ਨੂੰ ਮਾਰ ਸੀ, ਹਾਲ ਦੀ ਘੜੀ ਉਹਨਾਂ ਨੇ ਇਸ ਨੂੰ ਸਸਪੈਂਡ ਕੀਤਾ ਤਾਂ ਕਿ ਕੋਈ ਰੋਂਗ ਮੈਸੇਜ ਇਹੋ ਜਿਹਾ ਨਾ ਜਾਵੇ। ਉਹਦੀ ਬਜਾਏ ਉਹਨਾਂ ਨੇ ਜਿਹੜਾ 30 ਜਨਵਰੀ ਨੂੰ ਜਦੋਂ ਗਾਂਧੀ ਜੀ ਦੀ ਜਿਹੜੀ ਹੈ ਉਹ ਹੱਤਿਆ ਹੋਈ ਸੀ, ਤੇ ਉਸ ਦਿਵਸ ਨੂੰ ਜਿਹੜਾ ਵਾ ਉਹ ਐਜ ਏ ਪ੍ਰੋਟੈਸਟ ਡੇ ਮਤਲਬ ਹੰਗਰ ਸਟ੍ਰਾਈਕ ਰੱਖ ਕੇ ਜਿਹੜਾ ਮੈਸੇਜ ਪੀਸ ਦਾ ਸੀ, ਗਾਂਧੀ ਦਾ ਮੈਸੇਜ ਸੀ ਕਿ ਜਿਹੜੀ ਨੋਨ ਵਾਇਲੈਂਸ ਹੀ ਜਿਹੜੀ ਸਾਡੀ ਸਟਰਗਲ ਹੈ, ਸਾਡੀ ਜਿਹੜੀ ਪਾਵਰ ਹੈ, ਸਾਡੀ ਜਿਹੜੀ ਇਹਦੇ ਨਾਲ ਜਿੱਤ ਹੋਣੀ ਹੈ, ਉਹ ਮੈਸੇਜ ਜਿਹੜਾ ਪੂਰੇ ਲਿਬਰੇਸ਼ਨ ਸਟਰਗਲ ਦੇ ਵਿੱਚ ਜਿਹੜਾ ਗਾਂਧੀ ਜੀ ਨੇ ਤੇ ਇਸ ਮੂਵਮੈਂਟ ਨੂੰ ਦਿੱਤਾ, ਉਹੀ ਮੈਸੇਜ ਲੈ ਕੇ ਨੋਨ ਵਾਇਲੈਂਸ ਦਾ ਇੱਕ ਸਾਲ ਚੱਲੇ ਹੋਏ ਸੀ, ਔਰ ਉਸ ਨੂੰ ਹੀ ਅੱਗੇ ਪ੍ਰਮੋਟ ਕਰਕੇ ਲੋਕਾਂ ਦੇ ਵਿੱਚ ਕੌਨਫੀਡੈਂਸ ਦੁਬਾਰਾ ਬਿਲਡ ਕਰਕੇ ਤੇ ਫਿਰ ਇਸ ਨੂੰ ਮੂਵਮੈਂਟ ਤੇ ਲਾਈਨ ਤੇ ਲਿਆਉਣ ਲਈ ਜ਼ੋਰ ਲਾਉਣਾ ਪਏਗਾ। ਹਾਂ, ਕੁਝ ਜਿਹੜੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਤੰਤ ਹੈ, ਜਿਹੜੇ ਵਿੱਚ ਐਲੀਮੈਂਟ ਹੈ, ਉਹਨਾਂ ਨੂੰ ਵੀ ਹੋਰ ਆਈਸੋਲੇਟ ਕਰਨਾ ਹੋਏਗਾ, ਉਹਨਾਂ ਨੂੰ ਵੀ ਮੈਸੇਜ ਦੇਣਾ ਹੋਏਗਾ ਕਿ ਇਸ ਤਰ੍ਹਾਂ ਨਾਲ ਯੂ ਕਾਂਟ ਸੋਲਵ ਐਨੀਥਿੰਗ, ਕਿ 50 ਬੰਦੇ ਜਾ ਕੇ ਤੁਸੀਂ 100 ਬੰਦੇ ਜਾ ਕੇ ਤੇ ਇਸ ਤਰ੍ਹਾਂ 5 ਮਿੰਟ ਦੇ ਲਈ ਇੱਕ ਝੰਡਾ ਤੁਸੀਂ ਲਹਿਰਾਓ ਤੇ ਇਹਦੇ ਨਾਲ ਕੋਈ ਬਹੁਤ ਵੱਡੀ ਪ੍ਰਾਪਤੀ ਜਾਂ ਜਿੱਤ ਹੋਏ
ਤਾਂ ਡੈਮੇਜ ਮੂਵਮੈਂਟ ਨੂੰ ਡੈਮੇਜ ਹੋਏਗਾ, ਪੂਰੇ ਹਿੰਦੁਸਤਾਨ ਦੇ ਵਿੱਚ ਮੂਵਮੈਂਟ ਨੂੰ ਡੈਮੇਜ ਹੋਏਗਾ। ਜਿਹੜੀ ਇੱਕ ਅਸੀਂ ਯੂਨਿਟੀ ਦੀ ਕਿਸਾਨੀ ਦੀ ਮੂਵਮੈਂਟ ਸੀ, ਚਾਹੇ ਕਿਸੇ ਵੀ ਸੈਕਸ਼ਨ ਨਾਲ ਕਿਸੇ ਵੀ ਧਰਮ ਨਾਲ, ਉਹ ਇਸ ਦੇ ਵਿੱਚ ਜੁੜਿਆ ਸੀ। ਇਹ ਇੱਕ ਬਿਲਕੁਲ ਗਲਤ ਮੈਸੇਜ ਜਿਹੜਾ ਵਾ ਉਹ ਜਾਂਦਾ ਹੈ ਔਰ ਯੂਨਿਟੀ ਨੂੰ ਜਿਹੜਾ ਵਾ ਉਹ ਡੈਮੇਜ ਕਰਦਾ ਹੈ। ਤੇ ਜਿਹੜੀ ਮੇਰਾ ਖਿਆਲ ਹੈ ਤੁਸੀਂ ਗੱਲ ਕੀਤੀ ਹੈ ਕਿ ਅਰੈਸਟ ਵਾਲੀ, ਇਹੋ ਜਿਹੀ ਕੋਈ ਇਮੀਡੀਏਟ ਹੋਣੀ, ਤੇ ਮੈਨੂੰ ਉਮੀਦ ਆ ਕਿ ਜਿਹੜੀ ਗਵਰਨਮੈਂਟ ਆ ਇਹੋ ਜਿਹਾ ਡਰਾਸਟਿਕ ਸਟੈਪ ਨਹੀਂ ਲੱਗੂਗੀ ਜਿਹਦੇ ਨਾਲ ਜਿਹੜਾ ਨੁਕਸਾਨ ਹੋਵੇ, ਕਿਉਂਕਿ ਇੱਕ ਗੁੱਸਾ ਆਊਗਾ ਲੋਕਾਂ ਨੂੰ ਪਤਾ ਕਿ ਜਿਹੜੇ ਰਿਸਪੈਕਟਡ ਲੀਡਰਸ ਨੇ ਕਿਸੇ ਵੀ ਇਹੋ ਜਿਹੀ ਘਟਨਾ ਦੇ ਵਿੱਚ ਸ਼ਾਮਿਲ ਨਹੀਂ। ਇਹਨਾਂ ਨੂੰ ਪ੍ਰੈਸ਼ਰਾਈਜ਼ ਕਰਨ ਦੇ ਲਈ ਇਹ ਕੇਸ ਜਿਹੜੇ ਆ ਕ੍ਰਿਮੀਨਲ ਕੇਸ ਬਣਾਏ ਗਏ ਆ, ਇਸ ਕਰਕੇ ਲੋਕਾਂ 'ਚ ਰੋਸ ਅਤੇ ਗੁੱਸਾ ਹੋਰ ਵਧੂਗਾ। ਮੇਰਾ ਨਹੀਂ ਖਿਆਲ ਕਿ ਇਮੀਡੀਏਟ ਇਹੋ ਜਿਹਾ ਕੋਈ ਸਟੈਪ ਗਵਰਨਮੈਂਟ ਜਿਹੜੀ ਆ ਉਹ ਲਏਗੀ। Thank you so much, Senior Advocate, High Court Chandigarh to Harchand Singh Bharji. Tusi vi itthe sige 25-26 nu. Appreciate your time. Tusi apne kuch eyewitness accounts saade naal share kitte te kis tarah kanuni taur te situation develop hoegi, ida ki natija is singulus te ho sakda hai. Peaceful si, bahut hi peaceful si, khas karke main Tikri border te sa. ਲੋਕ ਪੀਸਫੁਲੀ ਬੜੇ ਉਤਸ਼ਾਹ ਦੇ ਨਾਲ ਅੰਦਰ ਜਾ ਰਹੇ ਸੀ, ਜਿਵੇਂ ਕਿ ਬਰਲਿਨ ਦੀ ਦੀਵਾਰ ਟੁੱਟਣ ਤੋਂ ਬਾਅਦ ਜਿਹੜੇ ਆ ਦੋਨੋਂ ਜਰਮਨ ਆਪਸ ਵਿੱਚ ਮਿਲਦੇ ਆ, ਤੇ ਇਹ ਦਿੱਲੀ ਤੇ ਜਿਹੜਾ ਬਾਰਡਰ ਦੇ ਉੱਤੇ ਜਿਹੜੀ ਇੱਕ ਦੀਵਾਰ ਖੜੀ ਕੀਤੀ ਸੀ ਉਹਨਾਂ ਦੇ ਵਿੱਚ ਉਹ ਜਦੋਂ ਟੁੱਟੀ ਤੇ ਲੋਕੀ ਅੰਦਰ ਗਏ। ਦਿੱਲੀ ਵਾਲੇ ਵੀ ਬਹੁਤ ਸਵਾਗਤ ਕਰ ਰਹੇ ਸੀ ਖੁਸ਼ੀ ਦੇ ਨਾਲ, ਇਹ ਵੀ ਜਾ ਰਹੇ ਸੀ, ਬਿਲਕੁਲ ਪੀਸਫੁਲ ਸੀ, ਕਿਸੇ ਤਰ੍ਹਾਂ ਦੀ ਕੋਈ ਜਿਹੜੀ ਘਟਨਾ ਵਾ ਉਹ ਨਹੀਂ ਵਾਪਰੀ। ਦੱਸਦੇ ਆ ਕਿ ਇਸ ਬਾਰਡਰ ਦੇ ਉੱਤੇ ਆਈ ਵਿਟਨੈਸ ਕਿ 70% ਜਿਹੜੇ ਲੋਕ ਹੈ ਉਹ ਹਰਿਆਣੇ ਦੇ ਸੀ, 30% ਜਿਹੜੇ ਆ ਉਹ ਪੰਜਾਬੀ ਸੀ, ਮਤਲਬ ਟਰੈਕਟਰ ਟਰਾਲੀਆਂ। ਬਿਲਕੁਲ ਬਿਲਕੁਲ, ਮੈਂ ਵੀ ਉੱਥੇ ਸੀ ਸਰ, ਆਈ ਕੰਪਲੀਟਲੀ ਅਗਰੀ ਵਿਦ ਯੂ, ਬਹੁਤ ਹੀ ਪੀਸਫੁਲ ਸੀ। ਐਨੀਵੇਸ ਥੈਂਕ ਯੂ ਸੋ ਮਚ ਫॉर योर ਟਾਈਮ ਸਰ, ਹੈਵ ਅ ਗੁੱਡ ਰੈਸਟ ਆਫ ਯੂਰ ਡੇ, ਸਤਿ ਸ੍ਰੀ ਅਕਾਲ। ਤੇ ਕੁਝ ਵੀਅਰਸ ਸਾਡੇ ਨਾਲ ਜੁੜ ਚੁੱਕੇ ਆ, ਤੁਹਾਡੀ ਕਾਲਸ ਲੈ ਲੈਂਦੇ ਆ। ਸਤਿ ਸ੍ਰੀ ਅਕਾਲ, ਤੁਸੀਂ ਔਨ ਏਅਰ ਹੋ। ਹਾਂਜੀ, ਸਤਿ ਸ੍ਰੀ ਅਕਾਲ ਜੀ ਅਸ਼ਮਿਤਾ ਜੀ, ਡਾਕਟਰ ਬਾਜਵਾ ਫਰਾਮ ਸ਼ਿਕਾਗੋ। ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ, ਦੱਸੋ। ਮੈਂ ਦੇਖ ਰਿਹਾ ਸੀ ਕਿ ਤੁਸੀਂ ਇੰਡੀਆ ਤੋਂ ਦੇ ਰਹੇ ਜੇ, ਹੋਪ ਯੂ ਸਟੇ ਹੈਲਥੀ, ਕਿਉਂਕਿ ਮਿੱਟੀ ਘੱਟਾ ਉੱਥੇ ਬਹੁਤ ਹੈ, ਪਰ ਯੂ ਆਰ ਵਰਕਿੰਗ ਰੀਅਲ ਰੀਅਲ ਹਾਰਡ ਐਂਡ ਆਈ ਰੀਅਲੀ ਐਪਰੀਸ਼ੀਏਟ ਯੂਰ ਹਾਰਡ ਵਰਕ। ਥੈਂਕ ਯੂ ਸਰ, ਥੈਂਕ ਯੂ ਸਰ। ਹੁਣ ਆਪਾਂ ਆਉਂਦੇ ਹਾਂ ਇਸ ਗੱਲ ਤੇ ਜੋ ਅੱਜ ਦੇ ਹਾਲਾਤ ਚੱਲ ਰਹੇ ਆ। ਇਹ ਜਿਹੜੀ ਸੈਂਟਰਲ ਗੌਰਮੈਂਟ ਹੈ, ਇਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਵੀ ਇਹ ਇੱਕ ਜਨ ਮੋਰਚਾ ਬਣ ਗਿਆ। ਇਹਦੇ ਵਿੱਚ ਪੰਜਾਬ, ਹਰਿਆਣਾ, ਵੈਸਟਰਨ ਯੂਪੀ, ਰੈਸਟ ਆਫ ਇੰਡੀਆ ਦੇ ਕਿਸਾਨ ਹੈ, ਔਰ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਦਿਸ ਮੂਵਮੈਂਟ ਜਿਹੜੀ ਮੂਵਮੈਂਟ ਹੈ ਇਟਸ ਫਾਰ ਰੀਅਲ। ਇਹਨੂੰ ਕਿਸੇ ਝੰਡੇ ਦੇ ਨਾਲ ਲਾ ਕੇ, ਦੂਜੇ ਨਾਲ ਲਾ ਕੇ, ਜਿਹੜੇ ਦੀਪ ਸਿੱਧੂ ਜਾਂ ਦੂਜੇ ਲੋਕ ਕਿਹੋ ਜਿਹਾ ਕਰਦੇ ਆ, ਇਹ ਐਵੇਂ ਛੋਟੇ ਛੋਟੇ ਐਕਸ਼ਨ ਹੈ। ਗਵਰਨਮੈਂਟ ਇਜ਼ ਅ ਵੈਰੀ ਬਿਗਰ ਥਿੰਗ, ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਇਨਵੋਲਵ ਨਹੀਂ ਹੋਣਾ ਚਾਹੀਦਾ। ਮੈਨੂੰ ਤਾਂ ਇਹ ਲੱਗਦਾ ਕਿ ਇਸ ਇੰਸੀਡੈਂਟ ਦੇ ਨਾਲ ਲੋਕਾਂ ਨੇ ਹੋਰ ਜ਼ਿਆਦਾ ਯੂਨਾਈਟ ਹੋਣਾ, ਔਰ ਹੋਣਾ ਵੀ ਚਾਹੀਦਾ, ਔਰ ਇਹਦੇ ਨਾਲ ਕੋਈ ਸਾਡਾ ਹੌਸਲਾ ਨਹੀਂ ਟੁੱਟੇਗਾ, ਕਿਉਂਕਿ ਜਿਹੜੀ ਰਿਐਲਿਟੀ ਹੈ ਇਹ ਬਿੱਲ ਗਲਤ ਹੈ। ਦੇ ਆਰ ਐਂਟੀ ਫਾਰਮਰਸ, ਦੇ ਆਰ ਐਂਟੀ ਕੰਜ਼ਿਊਮਰ, ਦੇ ਆਰ ਐਂਟੀ ਲੇਬਰ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਡਾਕਟਰ ਬਾਜਵਾ। ਸਤਿ ਸ੍ਰੀ ਅਕਾਲ, ਤੁਸੀਂ ਔਨ ਏਅਰ ਹੋ। ਰਿਕਵਰ ਕਰ ਰਹੀ ਹੈ, ਬਟ ਚੜ੍ਹਦੀ ਕਲਾ ਚ ਹਨ, ਤੇ ਉਹਦੇ ਵੀ ਤੁਹਾਨੂੰ ਹੋਰ ਵੱਖ ਵੱਖ ਅਪਡੇਟਸ ਪ੍ਰੋਵਾਈਡ ਕਰਾਂਗੇ। ਰਾਜਕੁਮਾਰ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਉਣ ਆ ਰਹੋ। ਹਾਂਜੀ, ਸਤਿ ਸ੍ਰੀ ਅਕਾਲ ਅਸ਼ਮਿਤਾ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਹਾਂਜੀ, ਤੇ ਤੁਸੀਂ ਬਿਲਕੁਲ ਫਿਕਰ ਨਾ ਕਰੋ, ਜੋ ਹੋਇਆ ਏ ਰੱਬ ਦਾ ਕੀਤਾ ਕਰਾਇਆ ਹੋਇਆ ਏ। ਐਡੀ ਵੱਡੀ ਮੂਵਮੈਂਟ ਦੇ ਵਿੱਚ ਇੰਨਾ ਕੁ ਕੁਛ ਹੋਣਾ, ਮਤਲਬ ਇਹ ਲਾਜ਼ਮੀ ਆ, ਸਮਝ ਲਓ। ਜੇ ਇਹ ਨਾ ਹੋਵੇ ਤਾਂ ਇਹਦੇ ਵਿੱਚੋਂ ਵੀ ਕੁਛ ਨਾ ਕੁਛ ਚੰਗਾ ਨਿਕਲੂਗਾ। ਤੁਸੀਂ ਆਪਣੀ ਸਿਹਤ ਦਾ ਖਿਆਲ
ਵੀ ਥੋੜੀ ਹੋਈ ਵੀ ਹੈਗੀ ਆ ਕਿਉਂਕਿ ਅਸੀਂ ਦੇਖਦੇ ਪਏ ਆ ਇੰਨੇ ਦਿਨਾਂ ਦਾ ਤੁਸੀਂ ਐਨਰਜੀ ਆ ਨਾ ਇੱਕ ਇਨਸਾਨ ਦੀ ਤੇ ਤੁਹਾਨੂੰ ਥੋੜਾ ਜਿਹਾ ਰੈਸਟ ਵੀ ਤੁਸੀਂ ਕਰੋ ਤੇ ਜਿਹੜਾ ਕੁਛ ਹੋਇਆ ਏ ਇਹ ਜੇ ਪੁਲਿਸ ਨੇ ਨਹੀਂ ਕੀਤਾ ਕੁਛ ਲੋਕਾਂ ਨੇ ਨਹੀਂ ਕੀਤਾ ਕਿ ਏਡੇ ਮੂਵਮੈਂਟ ਦੇ ਵਿੱਚ ਜੇ ਕੁਛ ਹੁੰਦਾ ਤਾਂ ਬਹੁਤ ਕੁਛ ਹੋ ਸਕਦਾ ਸੀ ਪਰ ਸਾਡੀ ਜਿਹੜੀ ਸੱਚਾਈ ਦੇ ਨਾਲ ਇਹ ਜਿਹੜਾ ਹੈਗਾ ਚੱਲ ਰਿਹਾ ਇਹ ਸੱਚ ਹੈ ਸੱਚ ਦੀ ਜਿਹੜੀ ਹੈਗੀ ਆ ਨਾ ਵਾਂਗ ਡੋਰ ਪਰਮਾਤਮਾ ਦੀ ਫੜੀ ਹੁੰਦੀ ਆ ਤੇ ਇਸ ਕਰਕੇ ਇਸ ਮੂਵਮੈਂਟ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਗਾ ਛੋਟੀ ਮੋਟੀਆਂ ਜਿਹੜੀਆਂ ਗੱਲਾਂ ਹੋਈਆਂ ਹੈ ਉਹ ਠੀਕ ਹੋ ਜਾਣਗੇ ਪਰ ਰੱਬ ਦਾ ਸ਼ੁਕਰ ਆ ਜਦੋਂ ਮੈਂ ਰਾਤ ਨੂੰ ਦੇਖਿਆ ਸੀ ਮੈਨੂੰ ਸੋਡਾ ਕਿਉਂਕਿ ਤੁਹਾਨੂੰ ਜਾਣਦੀ ਸੀਗੀ ਸਭ ਤੋਂ ਜ਼ਿਆਦਾ ਮੈਨੂੰ ਸੋਡਾ ਫਿਕਰ ਸੀਗਾ ਕਿ ਪਤਾ ਨੀ ਕੀ ਹੋਊਗਾ ਸੁਬਹਾ ਨੂੰ ਡਰਦਿਆਂ ਡਰਦਿਆਂ ਨੇ ਫੋਨ ਲਾਇਆ ਕਿਤੇ ਕੀਤਾ ਪਰ ਇਹ ਸ਼ੁਕਰ ਆ ਮੈਂ ਨੀ ਪਰਮਾਤਮਾ ਤੂੰ ਹੀ ਹੈ ਰੱਖਣ ਵਾਲਾ ਐਡੀ ਵੱਡੀਆਂ ਮੂਵਮੈਂਟਾਂ ਦੇ ਵਿੱਚੋਂ ਆ ਕੁਛ ਵੀ ਨੀ ਗਾ ਇਹਨੂੰ ਤੇ ਭੁੱਲ ਹੀ ਜਾਣਾ ਚਾਹੀਦਾ ਕਿ ਇਹ ਵੀ ਜੋ ਕੁਛ ਹੋ ਗਿਆ ਰੱਬ ਨੇ ਕੀਤਾ ਏ ਤੇ ਜੇ ਮੋਦੀ ਨੇ ਕਰਾਇਆ ਨਾ ਉਹਨੇ ਸਾਨੂੰ ਬੁਲਾਇਆ ਉੱਥੇ ਉਹਨੇ ਹੀ ਕਰਵਾਇਆ ਏ ਉਹੀ ਜ਼ਿੰਮੇਵਾਰ ਹੈ ਸਰ ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ ਤੇ ਸਾਡਾ ਸਾਰਿਆਂ ਦਾ ਹੌਸਲਾ ਬੁਲੰਦ ਕਰਨ ਲਈ ਤੁਹਾਡੇ ਜੋ ਇਹ ਸ਼ਬਦ ਸੀਗੇ ਮੈਨੂੰ ਤਾਂ ਬਹੁਤ ਸੁਣ ਕੇ ਕਹਿੰਦੇ ਨਾ ਬਹੁਤ ਵਧੀਆ ਲੱਗਿਆ ਥੈਂਕ ਯੂ ਸੋ ਮਚ ਬਟ ਮੈਂ ਸਿਰਫ ਇੱਕ ਪੁਆਇੰਟ ਐਂਡ ਕਰਨਾ ਚਾਹੁੰਦੀ ਹਾਂ ਸਮਾਂ ਸਾਡੇ ਕੋਲ ਜ਼ਿਆਦਾ ਨਹੀਂ ਰਹਿ ਗਿਆ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਹੈ ਨਾ ਸੋ ਇੱਥੇ ਵੀ ਜੋ ਮੋਰਚੇ ਦੇ ਵਿੱਚ ਹਿੱਸੇਦਾਰ ਹਨ ਜੋ ਆਪਣੇ ਤੁਸੀਂ ਕਹਿ ਲਓ ਦਿਲੋਂ ਜੁੜੇ ਹੋਏ ਹੈ ਇੱਕ ਸੱਚੇ ਤਰੀਕੇ ਨਾਲ ਜੁੜੇ ਹੋਏ ਹੈ ਉਹਨਾਂ ਦੀ ਤਾਂ ਜਿੱਤ ਹੋਣੀ ਹੈ ਤੇ ਜੋ ਇੱਥੇ ਵਾਪਰ ਰਿਹਾ ਉਹਦੀ ਵੀ ਸੱਚਾਈ ਜ਼ਰੂਰ ਅੱਗੇ ਆ ਕੇ ਉਭਰ ਕੇ ਲਿਖ ਲੂਗੀ ਉਹਨਾਂ ਲਈ ਵੀ ਜੋ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ ਬਿਕੋਜ਼ ਸੱਚਾਈ ਦੀ ਹਮੇਸ਼ਾ ਜਿੱਤ ਹੀ ਹੁੰਦੀ ਹੈ ਇਹਦੇ ਨਾਲ ਹੀ ਦਿਓ ਇਜਾਜ਼ਤ ਇਸੇ ਤਰ੍ਹਾਂ ਤੁਹਾਡੇ ਨਾਲ ਪ੍ਰੋਗਰਾਮ ਪੇਸ਼ ਕਰਦੇ ਰਹਾਂਗੇ ਤੁਸੀਂ ਮੈਨੂੰ ਲਿਖ ਸਕਦੇ ਹੋ info@justbroadcasting.com ashmita@justbroadcasting.com ਅਗਰ ਤੁਹਾਡੀ ਕਾਲ ਮੈਂ ਅੱਜ ਚੁੱਕ ਨਹੀਂ ਪਈ ਆਈ ਐਮ ਰੀਅਲੀ ਸੋਰੀ ਲਾਈਵ ਪ੍ਰੋਗਰਾਮ ਤੁਹਾਡੇ ਨਾਲ ਜ਼ਰੂਰ ਲੈ ਕੇ ਆਵਾਂਗੇ ਤੁਸੀਂ ਕਾਲ ਬੈਕ ਕਰਿਓ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਕਰਾਂਗੇ ਤੁਹਾਡੇ ਕੁਐਸਚਨਸ ਰੱਖਾਂਗੇ ਬਟ ਹੁਣ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ